ਹਾਂਜੀ ਬਾਈ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੇਰੇ ਕੋਲ ਜੀ ਆਪਣਾ ਭਿੰਦਰ ਚੱਕੜੇ ਵਾਲਾ। ਹਾਂਜੀ ਦੇਖੋ ਬਾਈ ਜੀ, ਅਤੇ ਚੱਕੜਾ ਗਰੁੱਪ ਵੱਲੋਂ ਆਪਣਾ ਹਰਜੀਤ ਸਿੰਘ ਆ ਬਾਈ ਜੀ, ਮੇਰੇ ਪੇਂਡੂ ਇੱਥੇ ਆਏ ਹੋਏ ਨੇ, ਮਲੂਕਾ ਸਾਹਿਬ ਦੇ ਰਿਲੇਟਿਵ ਨੇ। ਅਤੇ ਅਸੀਂ ਹੁਣ ਬਾਈ ਜੀ ਸੰਦੀਪ ਬਰਾੜ ਆ ਜਿਹੜਾ ਸਾਡਾ ਮਿੱਠਾ ਵੀਰ, ਉਹਦੇ ਘਰ ਆਏ ਸੀ, ਕਿਉਂਕਿ ਸੰਦੀਪ ਬਰਾੜ ਨੇ ਬਾਈ ਜੀ ਨੇ ਇਨਵਾਈਟ ਕੀਤਾ ਸੀਗਾ ਅੱਜ ਦੁਪਹਿਰ ਦਾ ਪ੍ਰੀਤੀ ਭੋਜਨ 'ਤੇ। ਅਤੇ ਟੇਸਟ ਆਫ ਪੰਜਾਬ ਤੋਂ ਹੁਣੀ ਖਾਣਾ ਖਾ ਕੇ ਸੰਦੀਪ ਬਾਈ ਦੇ ਨਾਲ, ਸੰਦੀਪ ਬਾਈ ਦੇ ਬਰਾੜ ਦੇ ਘਰ ਆਏ ਹਾਂ। ਅਤੇ ਲਓ ਜੀ ਅੱਗੇ ਬਾਈ ਭਿੰਦਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਹਾਂਜੀ ਭਿੰਦਰ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਾਕਾ ਕੈਨੇਡਾ ਚੱਕੜਾ ਗਰੁੱਪ ਵੱਲੋਂ। ਅਤੇ ਅੱਜ ਅਸੀਂ ਪਹੁੰਚੇ ਹਾਂ, ਮੈਂ ਬਾਈ ਪ੍ਰੀਤ ਨਾਲ, ਬਾਈ ਜੀ ਦੇ ਰਣਜੀਤ ਸਿੰਘ ਲਹਿਰਾ ਧੂੜਕੋਟ ਤੋਂ ਬਾਈ ਜੀ ਦੇ ਪੇਂਡੂ ਹੈ। ਸੋ ਆਪਾਂ ਬਾਈ ਜੀ ਸੰਦੀਪ ਬਰਾੜ, ਜੋ ਕਿ ਬਾਈ ਜੀ ਦੇ ਬਹੁਤ ਹੀ ਪਿਆਰੇ ਮਿੱਤਰ ਹੈ, ਉਹਨਾਂ ਦੇ ਘਰ ਪਹੁੰਚੇ ਹਾਂ ਜੀ। ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ, ਤੁਹਾਨੂੰ ਪਹਿਲਾਂ ਤਾਂ ਘਰ ਦੇ ਦਰਸ਼ਨ ਕਰਾਉਣੇ ਜੀ, ਫਿਰ ਕਬੂਤਰਾਂ ਦੇ ਕਰਾਵਾਂਗੇ, ਅਤੇ ਹੁਣ ਥੋੜ੍ਹੀ ਝਲਕ ਤੁਹਾਨੂੰ ਬਾਈ ਜੀ ਪ੍ਰੀਤ ਨਾਲ ਵੀ ਮਰਾਉਂਦੇ ਹਾਂ ਗੱਲ। ਹਾਂਜੀ ਬਾਈ ਜੀ, ਸਾਰਿਆਂ ਸਤਿ ਸ਼੍ਰੀ ਅਕਾਲ। ਅਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ, ਬਾਈ ਭਿੰਦਰ ਚੱਕੜੇ ਵਾਲਾ ਅਤੇ ਰਣਜੀਤ ਹੈ ਸਾਡਾ ਪੇਂਡੂ ਬਾਈ ਜੀ, ਇੱਥੇ ਆਏ ਹੋਏ ਸੀਗੇ। ਅਤੇ ਅੱਜ ਆਪਣਾ ਰਣਜੀਤ ਨੇ ਅਤੇ ਆਪਣਾ ਸੰਦੀਪ ਬਰਾੜ ਬਾਈ ਨੇ ਦੁਪਹਿਰ ਦੇ ਖਾਣੇ 'ਤੇ ਸਾਨੂੰ ਸੱਦਿਆ ਸੀ ਟੇਸਟ ਆਫ ਪੰਜਾਬ 'ਤੇ, ਉੱਥੇ ਖਾਣਾ ਖਾ ਕੇ ਅਤੇ ਹੁਣ ਬਾਈ ਬਰਾੜ ਸਾਹਿਬ ਦੇ ਘਰ ਆਏ ਹੈ। ਨਾਲੇ ਕਬੂਤਰ ਵੇਖਦੇ ਆ, ਨਾਲੇ ਗੱਲਾਂ ਬਾਤਾਂ ਮਾਰਦੇ ਹੈ, ਨਾਲੇ ਭਿੰਦਰ ਨੂੰ ਉਹਨੇ ਇਨਵਾਈਟ ਕੀਤਾ ਭਾਈ ਮੇਰੇ ਘਰ ਦੇ ਵੀ ਦਰਸ਼ਨ ਕਰੋ। ਇਸ ਤੋਂ ਬਾਅਦ ਫਿਰ ਬਾਈ ਜੀ ਦਾ ਜਿਹੜਾ ਬਿਜ਼ਨਸ ਹੈ ਟਰੈਵਲ ਏਜੰਸੀ ਦਾ, ਯਾਨੀ ਜਿਵੇਂ ਕਹਿੰਦੇ ਲੋਕਾਂ ਨੂੰ ਜਹਾਜ਼ਾਂ 'ਤੇ ਚੜ੍ਹਾਉਂਦੇ ਟਿਕਟਾਂ ਦੇ ਦੇ ਕੇ, ਅਤੇ ਉੱਥੇ ਵੀ ਤੁਹਾਨੂੰ ਲਿਜਾ ਕੇ ਅਤੇ ਉਹਦੇ ਵੀ ਦਰਸ਼ਨ ਕਰਾਵਾਂਗੇ। ਅਤੇ ਬਾਕੀ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜੀ ਭਿੰਦਰ ਚੱਕੜੇ ਦਾ। ਆ ਬਾਈ ਜੀ, ਬਾਹਰਲਾ ਮਾਹੌਲ ਜਿਹੜਾ ਬਾਈ ਸੰਦੀਪ ਬਰਾੜ ਦੇ ਘਰ ਦਾ ਸੀ, ਅਤੇ ਅੰਦਰ ਚੱਲ ਕੇ ਉਸਨੂੰ ਦਿਖਾਉਂਦੇ ਹਾਂ ਬਾਈ ਦਾ ਆਂਢ ਗੁਆਂਢ ਕਿੰਨਾ ਕੁਆਇਟ ਏਰੀਆ, ਕਿੰਨੀ ਵਧੀਆ ਛਾਂ ਦਰਖਤ ਦੀ, ਅਤੇ ਕੋਰਟ ਲੋਕੇਸ਼ਨ ਆ ਬਾਈ ਜੀ, ਅੱਗੇ ਕੋਈ ਸੜਕ ਨਹੀਂ ਕੁਛ ਨਹੀਂ, ਅਤੇ ਸਾਰਾ ਕੁਆਇਟ ਏਰੀਆ, ਬੱਚੇ ਕਿਵੇਂ ਮਰਜ਼ੀ ਬਾਹਰ ਖੇਡਣ ਕੁਛ ਵੀ ਹੈ ਰਾਈਟ, ਅਤੇ ਕੋਈ ਟਿਕਟ ਦਾ ਡਰ ਨਹੀਂ, ਕੋਈ ਹੋਰ ਨਹੀਂ, ਅਤੇ ਬੜੀ ਗਰੀਨਰੀ ਹੈ ਚਾਰ ਚੁਫੇਰੇ ਬਾਈ ਦੇ ਘਰੇ। ਅਤੇ ਚਲੋ ਆਓ ਹੁਣ ਅੰਦਰ ਆਪਾਂ ਦਿਖਾਉਂਦੇ ਹਾਂ ਜੀ, ਚਲੋ ਜੀ। ਕਿਉਂਕਿ ਜਿਹੜਾ ਕਬੂਤਰਬਾਜ਼ੀ ਇੰਟਰਵਿਊ ਦਾ ਸਿਲਸਿਲਾ ਸੀ, ਬਾਈ ਸੰਦੀਪ ਨੇ ਪਹਿਲਾਂ ਬਾਈ ਜੀ ਪ੍ਰੀਤ ਨੇ ਉਹਨਾਂ ਨੂੰ ਭੇਜਿਆ ਸੀ ਇੰਡੀਆ ਦੇ ਵਿੱਚ, ਉਹਨਾਂ ਨੇ ਸਟਾਰਟ ਕੀਤਾ ਸੀ, ਉਸ ਤੋਂ ਬਾਅਦ ਆਪਾਂ ਸਟਾਰਟ ਕੀਤਾ, ਬਹੁਤ ਵਧੀਆ ਪਿਆਰ ਦਿੱਤਾ, ਅਤੇ ਅੱਜ ਅਸੀਂ ਦੋਨੇ ਬੈਠ ਕੇ ਗੱਲਾਂ ਬਾਤਾਂ ਤੁਹਾਨੂੰ ਸਾਂਝੀਆਂ ਕਰਦੇ ਹਾਂ। ਹਾਂਜੀ ਲਓ ਜੀ, ਆਪਾਂ ਜਿਵੇਂ ਕਹਿੰਦੇ ਪਹਿਲਾਂ ਸੰਦੀਪ ਬਰਾੜ ਸਾਡਾ ਮਿੱਠੜਾ ਵੀਰ ਅਤੇ ਭਿੰਦਰ ਚੱਕੜੇ ਵਾਲਾ, ਇਹ ਦੋਨਾਂ ਨੇ ਕਬੂਤਰਬਾਜ਼ੀ 'ਤੇ ਬਾਈ ਜੀ ਬਹੁਤ ਵਧੀਆ ਕੰਮ ਕੀਤਾ, ਮੈਂ ਇਹਨਾਂ ਦਾ ਥੈਂਕ ਯੂ ਕਰਨਾ ਚਾਹੁੰਦਾ, ਕਿਉਂਕਿ ਇਹਨਾਂ ਨੇ ਇੰਟਰਵਿਊ ਕਰਕੇ ਬਾਈ ਬਰਾੜ ਨੇ ਜਾਂ ਭਿੰਦਰ ਚੱਕੜੇ ਵਾਲੇ ਨੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਹੀ ਕਬੂਤਰਬਾਜ਼ਾਂ ਨੂੰ, ਜਿਹੜੇ ਆਪਣੇ ਇੰਡੀਆ ਦੇ ਸਟਾਰ ਕਬੂਤਰਬਾਜ਼ਾਂ ਨੂੰ ਦਿਖਾਇਆ ਜੀ। ਅਤੇ ਲਓ ਜੀ ਹੁਣ ਬਰਾੜ ਸਾਹਿਬ ਦੇ ਆਪਾਂ ਘਰ ਪਿੱਛੇ ਐਂਟਰ ਹੋ ਗਏ, ਅਤੇ ਦੇਖੋ ਜੀ ਬਰਾੜ ਸਾਹਿਬ ਮਿਲ ਰਹੇ ਭਿੰਦਰ ਬਾਈ ਨੂੰ। ਅਤੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ, ਦੁਪਹਿਰ ਦਾ ਪ੍ਰੀਤੀ ਭੋਜਨ ਕਰਾਉਣ ਦਾ ਜੀ ਇਸ ਤੋਂ ਪੰਜਾਬ 'ਤੇ ਬਹੁਤ ਵਧੀਆ ਸਵਾਦ ਸੀ ਜੀ, ਅਤੇ ਹੁਣ ਤੁਸੀਂ ਘਰ ਲੈ ਕੇ ਆਏ ਹਾਂ ਅਤੇ ਆਪਾਂ ਗੱਲਾਂ ਬਾਤਾਂ ਮਾਰਦੇ ਹਾਂ ਅਤੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਕਬੂਤਰਾਂ ਨੇ ਵੀ। ਅਤੇ ਬਰਾੜ ਸਾਹਿਬ ਤੁਸੀਂ ਦੋ ਸ਼ਬਦ ਕਹੋ ਜੀ, ਕਿਉਂਕਿ ਪਹਿਲਾਂ ਆਪਾਂ ਚਲਾਇਆ ਸੀ ਕੰਮ ਵੀਡੀਓ ਦਾ ਕਬੂਤਰਬਾਜ਼ੀ ਲੋਕਾਂ ਨੂੰ ਦਰਸ਼ਨ ਕਰਾਉਣ ਦਾ, ਫਿਰ ਨਾਲ ਹੀ ਆਪਣਾ ਵੀਰ ਚੱਕੜੇ ਵਾਲਾ ਜਾਣ ਦੀ, ਹੁਣ ਦੋਨੇ ਤੁਸੀਂ ਅੱਜ ਇਕੱਠੇ ਕਰਤੇ, ਤੁਹਾਡੇ ਅੱਜ ਗੁਫ਼ਤਗੂ ਕਰਾਉਂਦੇ ਹਾਂ ਅਤੇ ਲੋਕਾਂ ਨੂੰ ਪਤਾ ਲੱਗੇ ਜੀ ਤੁਹਾਡੇ ਮਨਾਂ ਦੇ ਵਿੱਚ ਕੀ ਹੈ। ਯਾਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ, ਜਿੱਥੇ ਵੀ ਤੁਸੀਂ ਇਸ ਟਾਈਮ ਦੁਨੀਆ ਭਰ ਦੇ ਵਿੱਚ ਵੀਡੀਓ ਦੇਖ ਰਹੇ ਹੋ, ਅਤੇ ਦੋਸਤੋ ਬਹੁਤ ਵਧੀਆ ਲੱਗਦਾ ਜਿਹੜਾ ਆਪਣਾ ਸ਼ੌਂਕ ਸੀ ਸਾਰਾ ਇਹ, ਆਪਾਂ ਕਹਿੰਦੇ ਨਾ ਇੱਕ ਦੂਜੇ ਨੂੰ ਜਿਹੜੇ ਮਿਲੇ ਹਾਂ ਕਬੂਤਰਾਂ ਕਰਕੇ, ਜਦੋਂ ਕਮੈਂਟ ਥੱਲੇ ਪੜ੍ਹੀ ਦੀ ਆ ਬਾਈ ਜੀ ਇਹ ਵੀਡੀਓ ਤੁਸੀਂ ਪਾਓ ਜਾਂ ਇੱਦਾਂ ਬਣਾਓ, ਹੈ ਨਾ, ਸੋ ਟਾਈਮ ਦੀ ਘਾਟ ਹੋਣ ਕਰਕੇ ਜਿਹੜੀਆਂ ਮੈਂ ਕੁਛ ਕੁ ਵੀਡੀਓ ਬਣਾ ਕੇ ਲਿਆਇਆ, ਮੇਰੀ ਹੁਣੇ ਬਾਈ ਭਿੰਦਰ ਨਾਲ ਗੱਲ ਹੋ ਰਹੀ ਸੀ ਰਾਹ 'ਚ ਵਿੱਚ, ਸੋ ਅੱਗੇ ਕੀਤਾ ਇਹਦੀ ਜਿਹੜੀ ਸ਼ੁਰੂਆਤ ਕਰਨੀ ਆ, ਕਿਉਂ ਸ਼ੁਰੂਆਤ ਹੋਈ ਆ, ਸੋ ਪ੍ਰੀਤ ਬਾਈ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਉਸ ਦੇ ਵਿੱਚ ਕਿ ਤੁਸੀਂ ਕਿਹਾ ਕਿ ਆਹ ਕੰਮ ਆਪਾਂ ਕਰੀਏ, ਕਿਉਂਕਿ ਜਿਹਨੂੰ ਦਿਲੋਂ ਸ਼ੌਂਕ ਹੁੰਦਾ ਨਾ ਕਬੂਤਰਾਂ ਦੇ, ਕਬੂਤਰਾਂ ਨੂੰ ਦਿਲੋਂ ਜਿਹੜੇ ਅਸੀਂ ਪਿਆਰ ਕਰਦੇ ਹਾਂ ਬੰਦੇ, ਹੈ ਨਾ, ਉਹ ਚਾਹੁੰਦੇ ਸੀਗੇ ਫਲਾਨਾ ਕਬੂਤਰਬਾਜ਼ੀ ਕਿੱਦਾਂ ਦਾ ਸੀਗਾ, ਅਸੀਂ ਉਹਨਾਂ ਨੂੰ ਜਾ ਕੇ ਮਿਲਿਆ, ਜਿਹੜੀ ਤੁਸੀਂ ਮਤਲਬ ਸ਼ੁਰੂਆਤ ਤੁਸੀਂ ਕਰਾਈ ਮੇਰੇ ਤੋਂ, ਅਤੇ ਉਸ ਤੋਂ ਬਾਅਦ ਬਾਈ ਭਿੰਦਰ ਨੇ, ਸੋ ਇੱਦਾਂ ਕਬੂਤਰ ਵਾਲਿਆਂ ਨੂੰ ਮਿਲਦੇ ਹਾਂ, ਧੰਨਵਾਦ ਆ। ਅਤੇ ਜਿੰਨੇ ਵੀ ਮੈਂ ਕਹਿੰਦਾ ਹੋਰ ਵੀ ਉਤਸ਼ਾਹ ਹੋ, ਜਿਹੜੇ ਕੋਈ ਦੂਰ ਵੀ ਕਿਤੇ ਰਹਿੰਦੇ ਆ, ਜਿਹੜੇ ਕੋਈ ਪੁਰਾਣੇ ਕਬੂਤਰਬਾਜ਼ ਆ, ਜਿਹੜੇ ਲੱਗਦਾ ਵਧੀਆ ਕਬੂਤਰ ਕਿਸੇ ਦੇ ਰੱਖੇ ਆ, ਸੋ ਉਹ ਆਪਣੇ ਉੱਥੋਂ ਦੇ ਜਿਹੜੇ ਖਿਡਾਰੀ ਆ ਪਲੇਅਰ, ਉਹਨਾਂ ਦੀ ਵੀਡੀਓ ਬਣਾ ਕੇ ਪਾਉਣ, ਅਤੇ ਪ੍ਰੀਤ ਵਧੀਆ ਲੱਗਦਾ, ਅਤੇ ਅੱਜ ਮੈਨੂੰ ਬੜੀ ਖੁਸ਼ੀ ਆ ਬਾਈ ਭਿੰਦਰ
ਕੈਨੇਡਾ ਦੇ ਵਿੱਚ ਪਹੁੰਚਿਆ ਹੋਇਆ ਇੱਥੇ ਅਤੇ ਅੱਜ ਮੇਰੇ ਘਰ ਪਹੁੰਚੇ ਹੋਏ ਆ ਅਤੇ ਕਬੂਤਰ ਵੀ ਆਪਾਂ ਦੇਖਾਂਗੇ ਕਬੂਤਰ ਅੱਜ ਡਾਏ ਵੀ ਆ ਇੱਕ ਐਕਸਟਰਾ ਕਿਸੇ ਦਾ ਆਇਆ ਕਰਦਾ ਮੈਂ ਦੱਸਦਾ ਜਿਹਾ ਮੈਨੂੰ ਪੁਰਾਣਾ ਲੱਗਦਾ ਮੇਰਾ ਕੋਈ ਕਰਦਾ ਬਰਾੜ ਸਾਹਿਬ ਪਤਾ ਕੀ ਹੈ ਜਿਹੜੀ ਆਪਾਂ ਇੰਟਰਵਿਊ ਵਾਲਾ ਸਿਲਸਿਲਾ ਚਾਲੂ ਕੀਤਾ ਸੀ ਉਹਦੇ ਵਿੱਚ ਜਾਂ ਆਪਾਂ ਨੂੰ ਤਾਂ ਪਤਾ ਹੀ ਹੈ ਆਪਾਂ ਫਿਰ ਵੀ ਇੱਕ ਗੱਲ ਕਲੀਅਰ ਕਰਨੀ ਚਾਹੁੰਦੇ ਵੀ ਉਹਦੇ ਵਿੱਚ ਨਾ ਤਾਂ ਤੁਹਾਨੂੰ ਜਾਂ ਮੈਨੂੰ ਸਾਨੂੰ ਕੋਈ ਐਡਵਾਂਟੇਜ ਨਹੀਂ ਸੀ ਕਈ ਹੁੰਦਾ ਵੀ ਹਾਂ ਖਾਨੀ ਬਹੁਤ ਕੋਈ ਇਹ ਚੀਜ਼ ਤੋਂ ਫਿਰ ਪੈਸਾ ਬਣਾਉਂਦੇ ਹੋਣਗੇ ਪੈਸਾ ਬਣਾਉਣ ਦੇ ਥਾਂ 'ਤੇ ਤੁਸੀਂ ਹੁਣ ਇੰਡੀਆ ਗਏ ਗੱਡੀ 'ਚ ਲਾਉਣੀ ਸਾਰਾ ਦਿਨ ਭੋਣੀ ਕਿਰਾਏ 'ਤੇ ਹੋਏ ਤਾਂ ਭੋਣੀ ਆਪਦੀ ਹੋਵੇ ਹਾਂ ਜਿਹੜੇ 5,000 ਰੁਪਇਆ ਦਿਨ ਦਾ ਮੰਨੋ ਮੰਨੋ ਮੰਨੀ ਖਰਚਾ ਹੁੰਦਾ ਕੈਮਰੇ ਚੱਕਣੇ ਫਿਰ ਬੱਚੇ ਅਤੇ ਤੁਹਾਡੀ ਵਾਈਫ ਮੈਨੂੰ ਪਤਾ ਨਾਲ ਗਏ ਸੀ ਉਹਨਾਂ ਨੂੰ ਗੁੱਸੇ ਕਰਨਾ ਸਹੁਰੀ ਨੀ ਗਿਆ ਕਿ ਵੀ ਕੂਤਰਾ ਨੇ ਫਿਰਦਾ ਮੈਂ ਦੇਖ ਲਿਆ ਨਾ ਜਦੋਂ ਆਪਣੇ ਸੌਰੀ ਇੱਕ ਗੱਲ ਦੱਸਦਾ ਮੈਂ ਜਦੋਂ ਗਿਆ ਪ੍ਰੀਤਵੀਰ ਪਹਿਲੇ ਦਿਨ ਬਾਈ ਵੀਡੀਓ ਬਣਾਉਣ ਗਿਆ ਸੁੱਖ ਆਨੰਦ ਆਪਣੇ ਬਾਈ ਪੱਪੇ ਦੀ ਪੱਪੇ ਦੀ ਵੀਡੀਓ ਬਣਾਉਣ ਗਿਆ ਮੈਂ ਗਿਆ ਅਤੇ ਚਾਚਾ ਜੀ ਦੀ ਕਾਲ ਆਈ ਮੈਨੂੰ ਅਤੇ ਉਹ ਸਾਡੇ ਪਿੰਡ ਵੇਚ ਦੀ ਨੰਘ ਜਾਈਦਾ ਚੰਨੂ ਵਾਲੇ ਵੇਚ ਦੀ ਹੈ ਨਾ ਰਹਿੰਦੇ ਅਸੀਂ ਮੋਗੇ ਹਾਂ ਅਤੇ ਚਾਚਾ ਜੀ ਕਾਲ ਆਈ ਮੈਨੂੰ ਉਹਨੇ ਵੀ ਕਿੱਦਾਂ ਮੈਂ ਕਿਹਾ ਠੀਕ ਹੈ ਅਤੇ ਮੈਂ ਇਹਨਾਂ ਬਾਰੇ ਬਿਜ਼ੀ ਹੋਏਗਾ ਮੈਂ ਕਿਹਾ ਅੱਛਾ ਜੀ ਬਹੁਤ ਜ਼ਿਆਦਾ ਬਿਜ਼ੀ ਹੈ ਟਾਈਮ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਜਦੋਂ ਟਾਈਮ ਮਿਲਿਆ ਆ ਜੀ ਅਤੇ ਮੈਨੂੰ ਉਹਨੇ ਹੁਣ ਕਿੱਥੇ ਆ ਮੈਂ ਕਿਹਾ ਮੈਂ ਵੀਡੀਓ ਬਣਾ ਅਤੇ ਫਿਰ ਮੈਨੂੰ ਗਾਲਾਂ ਬਹੁਤ ਮਿਲੀਆਂ ਕਹਿੰਦੇ ਪਿੰਡ ਵਿੱਚ ਨਿਕਲ ਗਿਆ ਤੂੰ ਹੈ ਨਾ ਅਤੇ ਪਹਿਲਾਂ ਵੀਡੀਓ ਕੋਲ ਚਲਾ ਗਿਆ ਆਪਣਾ ਜਿਹੜਾ ਜਿੱਥੇ ਤੁਸੀਂ ਬੋਰਨ ਹੋਏ ਆ ਹੈ ਨਾ ਉੱਥੇ ਕਹਿੰਦੇ ਪਹੁੰਚਿਆ ਉਹਦੇ ਵਿੱਚ ਬਰਾੜ ਸਾਹਿਬ ਜਿਹੜੀ ਨਾਲ ਮੈਂ ਗੱਲ ਅਟੈਚ ਕਰਾਂ ਜਿਹੜੀ ਆਪਾਂ ਪੈਸੇ ਬਣਾਉਣ ਵਾਲੇ ਪਾਸੇ ਨਹੀਂ ਸੀ ਅਤੇ ਨਾ ਹੀ ਹਜੇ ਆਪਾਂ ਹੈਗੇ ਆਪਾਂ ਨੂੰ ਹੈਗਾ ਸ਼ੌਂਕ ਹੁਣ ਇੱਕ ਟਾਈਮ ਇਹ ਸੀ ਵੀ ਜਦੋਂ ਘਰੋਂ ਬਲਾਂ ਪੈਂਦੀਆਂ ਸੀ ਜਿਹੜੇ ਕੁਛ ਬਜ਼ੁਰਗ ਵਿਚਾਰੇ ਚਲੇ ਗਏ ਹੈ ਉਸ ਆਪਾਂ ਨੂੰ ਪਤਾ ਸੀ ਬੈਠੇ ਆ ਜਿਹਨਾਂ ਨੂੰ ਹੋ ਸਕਦਾ ਕਈਆਂ ਨੂੰ ਤੁਸੀਂ ਨਹੀਂ ਜਾਣਦੇ ਕਿਹੜੀ ਮੈਂ ਨਹੀਂ ਸੀ ਜਾਣਦਾ ਜਾਂ ਜਿਹੜੇ ਆਪਣੇ ਦੇਸ਼ਾਂ ਵਿਦੇਸ਼ਾਂ ਜੇ ਹੋਰ ਬੰਦੇ ਬੈਠੇ ਆ ਬਹੁਤ ਤਾਂ ਆਪਾਂ ਨਾਂ ਸੁਣਿਆ ਸੀ ਨਾ ਉਹਨੇ ਪਿੰਡ ਦਾ ਜਾਂ ਸ਼ਕਲ ਦਾ ਨਹੀਂ ਸੀ ਪਤਾ ਹੁਣ ਤੁਸੀਂ ਵੀਡੀਓ ਬਣਾਈਆਂ ਜਾਂ ਭਿੰਦਰ ਚੱਕੜੇ ਵਾਲਾ ਵੀ ਚਲੋ ਉੱਥੇ ਬੈਠਾ ਇਹਦੇ ਕੋਲ ਥੋੜ੍ਹਾ ਜਿਹਾ ਟਾਈਮ ਖੁੱਲ੍ਹਾ ਹੋ ਜਾਂਦਾ ਵੀ ਉਹ ਬੰਦਿਆਂ ਨੂੰ ਹੁਣ ਜਿਵੇਂ ਲਾਲਬਾਈ ਵਾਲਾ ਸਰਪੰਚ ਆ ਸਾਡੇ ਏਰੀਏ ਦਾ ਠੀਕ ਹੈ ਉਹਨੂੰ ਮੈਂ ਜਾਣਦਾ ਨਹੀਂ ਸੀਗਾ ਨਾਂ ਸੁਣਿਆ ਜਦੋਂ ਭਿੰਦਰ ਨੇ ਇੰਟਰਵਿਊ ਕੀਤੀ ਅਤੇ ਹੁਣ ਜਿਹੜੇ ਲਾਲਬਾਈ ਵਾਲਾ ਸਰਪੰਚ ਕਹਿੰਦੇ ਬਠਿੰਡੇ ਬਾਜ਼ਾਰ 'ਚ ਹੀ ਫਿਰਦਾ ਹੋਊ ਮੈਂ ਪਛਾਣ ਲੂ ਬਾਈ ਆਹ ਸਰਪੰਚ ਸਾਹਿਬ ਜਾਂਦੇ ਆ ਜਾਣੀ ਕਹਿਣ ਦਾ ਮਤਲਬ ਵੀ ਸਾਡੀ ਜਾਣ ਪਛਾਣ ਹੋਈ ਹੈ ਜਾਣਦੀ ਵੀ ਇਹਦੇ ਵਿੱਚ ਐਡਵਾਂਟੇਜ ਕੋਈ ਨਹੀਂ ਲੋਕਾਂ ਦੇ ਨਾਲ ਅਸੀਂ ਜਾਣ ਪਛਾਣ ਵਧਾਉਣ ਦਾ ਵੀ ਆਹ ਬੰਦਿਆਂ ਨੇ ਯਾਰ ਕੁਰਬਾਨੀਆਂ ਕੀਤੀਆਂ ਇਹ ਮਕਸਦ ਸੀਗਾ ਮੇਨ ਆਪਣਾ ਵੀ ਆਪਣਾ ਚੰਗਾ ਕਿਸ ਤਰ੍ਹਾਂ ਦੇਖੋ ਕਿੱਥੇ ਬਾਈ ਆਲਮਲਾ ਪਹਿਲਾਂ ਤਾਂ ਥੈਂਕ ਯੂ ਕਰਦੇ ਹਾਂ ਵੀਰ ਦਾ ਕਿ ਅੱਜ ਵੀਰ ਨੇ ਇਨਵਾਈਟ ਕੀਤਾ ਆਪਾਂ ਨੂੰ ਆਪਦੇ ਘਰ ਅਤੇ ਇਸ ਤੋਂ ਪਹਿਲਾਂ ਰੈਸਟੋਰੈਂਟ ਦੇ ਵਿੱਚ ਜੋ ਖਾਣਾ ਸਾਨੂੰ ਖਵਾ ਕੇ ਲਿਆ ਫੂਡ ਤੁਹਾਡਾ ਬਹੁਤ ਵਧੀਆ ਸੀ ਜੀ ਵਧੀਆ ਸੀ ਥੈਂਕ ਯੂ ਕਰਦੇ ਹਾਂ ਸਾਡਾ ਮਾਨ ਬਾਈ ਜੀ ਨੇ ਇੰਨਾ ਦਿੱਤਾ ਸਾਨੂੰ ਇੱਥੇ ਅੱਜ ਬੁਲਾਇਆ ਬਾਈ ਜੀ ਪ੍ਰੀਤ ਨੂੰ ਨਾਲ ਬਾਈ ਜੀ ਦੇ ਉਹਨਾਂ ਦੇ ਰਜੀਤ ਬਾਈ ਜੀ ਸਾਡੇ ਪਿੰਡ ਬਾਈ ਜੀ ਹੈ ਅਤੇ ਦੋ ਗੱਲਾਂ ਬਾਈ ਜੀ ਨਾਲ ਵੀ ਆਪਾਂ ਕਰਵਾਉਂਦੇ ਹਾਂ ਬਾਈ ਜੀ ਪ੍ਰੀਤ ਨਾਲ ਇਹਨਾਂ ਦੀਆਂ ਬਹੁਤ ਵਧੀਆ ਪ੍ਰੀਤ ਲੱਗ ਰਿਹਾ ਵੈਸੇ ਤਾਂ ਹੈ ਨਾ ਜੀ ਸਭ ਤੋਂ ਪਹਿਲਾਂ ਤਾਂ ਸੰਦੀਪ ਵੀਰ ਜੀ ਤੁਹਾਨੂੰ ਮੈਂ ਜਿਹੜਾ ਸਵਾਲ ਕਰਨ ਜਾ ਰਿਹਾ ਕਿ ਬਾਈ ਜੀ ਪ੍ਰੀਤ ਨਾਲ ਤੁਹਾਡੀ ਜਿਹੜੀ ਦੋਸਤੀ ਹੈ ਜੀ ਇਹ ਕਦੋਂ ਪਈ ਕਿਵੇਂ ਪਈ ਕਬੂਤਰਾਂ ਕਰਕੇ ਪਈ ਪਹਿਲੀ ਵਾਰ ਕਦੋਂ ਮਿਲੇ ਤੁਸੀਂ ਜੀ ਸੋ ਮੈਨੂੰ ਯਾਦ ਆ ਉਹ ਦਿਨ ਪਟਿਆਲਾ ਫਤਿਹਗੜ੍ਹ ਨਾਈਟ ਹੁੰਦੀ ਆ ਜੀ ਸੋ ਮੈਨੂੰ ਜਦੋਂ ਹੁਣ ਇਲੈਕਸ਼ਨ ਹੋਈ ਉਦੋਂ ਪਤਾ ਲੱਗਿਆ ਕਿ ਜਿਹੜੇ ਆਪਣੇ ਗੱਲ ਆ ਪਰਮਜੀਤ ਸੋ ਇਹਨਾਂ ਦੇ ਬ੍ਰਦਰ ਇਨ ਲਾ ਸਾਡੀ ਭੈਣ ਵਿਆਹੀ ਹੋਈ ਆ ਉਹਨਾਂ ਦੀ ਘਰ ਸੋ ਮੈਨੂੰ ਨਹੀਂ ਪਤਾ ਸੀ ਉਸ ਟਾਈਮ ਪਟਿਆਲਾ ਫਤਿਹਗੜ੍ਹ ਜਿਹੜੀ ਨਾਈਟ ਹੁੰਦੀ ਉਹਦੀ ਵੀਡੀਓ ਮੈਂ ਕਰਦਾ ਹੁੰਦਾ ਸੀ ਅਤੇ ਜਿਹੜੇ ਪਟਿਆਲਾ ਫਤਿਹਗੜ੍ਹ ਵਾਲੇ ਉਹਨਾਂ ਨਾਲ ਮੇਰਾ ਬੜਾ ਪਿਆਰ ਸੀ ਅਤੇ ਉੱਥੇ ਬਾਈ ਪ੍ਰੀਤ ਆਏ ਹੋਏ ਸੀ ਆਪਣੀ ਫੈਮਿਲੀ ਦੇ ਨਾਲ ਮੈਨੂੰ ਸ਼ਹਿਰ ਬਾਈ ਪਰਮਜੀਤ ਗਿੱਲ ਨੇ ਦੱਸਿਆ ਯਾਰ ਇਹ ਵੀ ਬੰਦੇ ਕੋਲ ਪ੍ਰੀਤ ਕੋਲ ਵੀ ਕਬੂਤਰ ਹੈਗੇ ਆ ਅੱਛਾ ਠੀਕ ਆ ਫਿਰ ਜਦੋਂ ਤੈਨੂੰ ਪਤਾ ਵੀ ਕਬੂਤਰ ਆ ਫਿਰ ਆਪਾਂ ਸਾਰਾ ਕੁਛ ਛੱਡ ਕੇ ਅਤੇ ਕਬੂਤਰ ਵਾਲੇ ਬੰਦੇ ਨੂੰ ਲੱਭਦੇ ਆ ਠੀਕ ਆ ਉਦੋਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਸਾਡੀ ਬੈਂਕਟ ਹਾਲ ਦੇ ਵਿੱਚ ਹੋਈ ਅਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਇਹ ਸੀਗਾ ਕਿਉਂਕਿ ਮੈਂ ਬਾਈ ਦੇ ਕਬੂਤਰ ਪੁਰਾਣੇ ਰੱਖੇ ਆ ਅਤੇ ਮੈਂ ਉਹਨਾਂ ਟਾਈਮਾਂ ਦੇ ਵਿੱਚ ਇੱਥੋਂ ਜੇ ਕਿਤੋਂ ਕਬੂਤਰ ਜਿੱਥੋਂ ਵੀ ਮਿਲਣੇ ਉਹ ਲੈ ਕੇ ਆਉਣੇ ਅਤੇ ਮੈਨੂੰ ਇੱਕ ਸੀਗਾ ਕਿ ਜਲਦੀ ਤੋਂ ਜਲਦੀ ਬਾਈ ਨੂੰ ਮਿਲਿਆ ਜਾਵੇ ਅਤੇ ਜਿਹੜੇ ਵੀ ਕਬੂਤਰ ਹੈਗੇ ਆ ਕੋਈ ਵੀ ਉਹ ਕਬੂਤਰ ਲਿਆ ਜਾਵੇ ਫਿਰ ਉਸ ਤੋਂ ਬਾਅਦ ਮੇਰੇ ਬੜੇ ਅੱਛੇ ਦੋਸਤ ਆ ਸੋਨੀ ਗਿੱਲ ਸਾਹਿਬ ਰੌਣ ਭਾਜੀ ਸਾਰੇ ਉੱਥੇ ਬੈਠੇ ਅਤੇ ਬਾਈ ਜੀ ਨਾਲ ਗੱਲ ਹੋਈ ਕਹਿੰਦੇ ਵੀ ਆ ਜਾਓ ਘਰੇ ਜਦੋਂ ਇਹਨਾਂ ਘਰੇ ਆ ਜਾਓ ਨਾ ਸੋਨੀ ਬਾਈ ਪਹਿਲਾਂ ਜਾਂਦਾ ਸੀ ਫਿਰ ਗਏ ਘਰੇ ਇਹਨਾਂ ਦੇ ਬਾਈ ਦੇ ਪਹਿਲੀ ਵਾਰ ਹੈ ਨਾ ਜਾ ਕੇ ਅਤੇ ਗੱਲਾਂ ਬਾਤਾਂ ਕੀਤੀਆਂ ਚਲੋ ਪਹਿਲਾਂ ਮਿਲੇ ਸੀ ਵਧੀਆ ਲੱਗਾ ਫਿਰ ਇਹਨਾਂ ਨੇ ਇੱਕ ਗੱਲ ਕਹੀ ਸੀ ਵੀ ਯਾਰ ਉਸ ਟਾਈਮ ਜਿਹੜਾ ਕਬੂਤਰ ਤੈਨੂੰ ਚਾਹੀਦਾ ਚੱਕ ਕੇ ਲੈ ਜਾ ਮੈਨੂੰ ਯਾਦ ਆ ਅਤੇ ਮੈਂ ਸੋਨੀ ਨੂੰ ਕਿਹਾ ਸੋਨੀ ਨੇ ਮੈਨੂੰ ਚੱਕਣ ਨਹੀਂ ਦਿੱਤਾ ਮੈਨੂੰ ਸੋਨੀ ਕਹਿੰਦਾ ਨਹੀਂ ਯਾਰ ਪਹਿਲੀ ਵਾਰੀ ਕਬੂਤਰਾਂ ਨੂੰ ਹੱਥ ਨਹੀਂ ਬਾਈ ਦਾ ਹੁੰਦਾ ਨਾ ਅਤੇ ਮੈਨੂੰ ਤਾਂ ਸਾਰੇ ਚੰਗੇ ਲੱਗਦੇ ਸੀ ਹੈ ਨਾ ਮਹਾਂ ਮਿਲਨੇ ਸੀਗੇ ਅਤੇ ਸੋਨੀ ਬਾਈ ਹੁਣਾਂ ਨੇ ਮੈਨੂੰ ਉਦੋਂ ਰੌਣ ਭਾਜੀ ਨੇ ਕਬੂਤਰ ਦੇ ਦਿੱਤੇ ਸੀਗੇ ਉਦੋਂ ਫਿਰ ਮੈਂ ਕਬੂਤਰ ਨਹੀਂ ਲਿਆ ਪਰ ਮੈਂ ਸੋਨੀ ਨਾਲ ਰਾਹ 'ਚ ਬਹੁਤ ਲੜਿਆ ਸੀ ਮੈਂ ਕਿਹਾ ਯਾਰ ਹੁਣ ਉਹ ਬੰਦਾ ਕਹਿੰਦਾ ਦੋ ਚਾਰ ਚਾਚੀ ਲੈਣ ਦਿੰਦਾ ਹੈ ਨਾ ਉਹ ਕਹਿੰਦਾ ਨਹੀਂ ਯਾਰ ਇੱਦਾਂ ਨਹੀਂ ਕਰੀਦਾ ਹੁੰਦਾ ਸੋ ਉਦੋਂ ਸਾਡੀ ਮੇਲਾ ਦਾ ਸੈਕਿੰਡ ਮੁਲਾਕਾਤ ਸੀਗੀ ਅਤੇ ਉਸ ਤੋਂ ਬਾਅਦ ਫਿਰ ਇੰਨਾ ਪਿਆਰ ਹੋਇਆ
उस तो बाद बी उन्होंने मैं कबूतर दिए कबूतर भी इदा के जोड़े कि बहुत वधिया रिजल्ट मेरे को रहा तो उदू बाद फिर प्यार जो इंडिया गए इंटरव्यू कर रही मतलब 3-4 साल पहला बी आलम वाले जंट दी गए अपने भोली बाई की इंटरव्यू की बिले बाबू की की सो काफ़ी इंटरव्यू गई गल इंटरव्यू तो चल रही है बी जी थोड़े मन च कि ख्याल आया जी इंटरव्यू से आप कबूतर के बारे ये इंटरव्यू का तोरीए बी संदीप उत्थे भेजा इंडिया थोड़े मन से ख्याल किमें आया मेन भिंदर भीर चक्कर यह भी जो मेन तो मैं अज भी जे अज भी आप खड़े हैं तो अगे चिट्ठिया मिलाते होंगे कबूतर तो हूँ जिमें रूहान मिलाता है ना भी कबूतर के करके बी जी है तुम है जौन बई हो रही है जिन्हें भी इतने कबूतर वाले है ज मुंडे अमेरिका च बैठे है ठीक है बिंदे हो रही है रम्मी हो रही है अपना तूर हो रही जानी जिन्हें भी कबूतर मिलाने वाले हैं उन अपनी कोई रिश्तेदारी नहीं कोई जानते ना सुनीप मैनू जान रहा ना मैं सुनीप में जान रहा ना तेनू जानी उस करके मैं कबूतर का सेंस करता पहला तो दूसरी गल जो फिर असं कट्ठे बहिंदे सीगे असी इतने क्लब बनाया रौन भाई जी ये असी सीगे जानी जो क्लब बनाया तो जो बैठना उदो मन च यही आना पुराने गल् चल पैनिया हूँ कई धन्ने का ना सारे वर्ल्ड च पता है तो मोस्टली हूँ तो पता लग गया हो तो मोस्टली आम 70% बाहर जो बंद रेंगे है उन्होंने ये नहीं पता धन्ना किड़े जिले का तो कि पिंड है तो धन्ना कहे जा उत्तर फिर मैं तो सुनीप मैं सुनीप ने इंडिया जाना से मैं सुनीप यार भी मैनू उत्थे पुराने बंदे जानते हैं भी आप क्यों ना सिलसिला चले जाइए यार भी ना तो उन्होंने जान पछाण बधूगी भी हाँ धन्ना यह जहाँ यह कबूतर से ज अपना अंकल जंटा ज बिला बहू है भोली हूरी है जो भी आप करते हैं हाँ उतो गुरदेव अंकल अपने ठीक है उतो फिर दिमाग आए भी क्या भी हाँ ठीक है फिर यू मैं ये चलिया मैं क्या सुनीप तू करके आ उत्थे जिहड़े सारे बंदे वीडियो बना के तो ये फिर जान दी ना वधिया रिजल्ट मिले रिजल्ट की मिले यार लोगों को पता लग्या जिवें मैं कहना मैं उत्थे कबूतर रखदा आया ये मेरे पिंड नूं पता साडा एरिया ही बहिंडा एरिया ही नाल लालबाई पैंदा लालबाई वाले सरपंच का यानी बाई फेस नहीं मैनूं पता हुण तू वीडियो दिखाई तो मैं पता लग गया ठीक है इन्हें दिखाया जां सोडियां वीडियो जो भी वेखदा उहदे विच कबूतर जिहड़े प्रेमी है उन्होंने एक तो नसलों का बहुत पता लग्या नसलों बारे पता लग्या दूसरा किहड़ा एरिया किहड़े बंदे दा सी उस करके प्रीत मान सत्कार बहुत मिले यार है ना जो थोड़े कमेंट पढ़ी दी फोन नंबर आ सॉरी मेरा कुछ रजीविया करके कई बार फोन नहीं भी अटेंड की होंगे है ना दो तीन बिजनेस कोई इटली तो यूएसए तो पता नहीं कितों कितों मतलब कॉल आदि पी दिल बहुत करता कि और ज़्यादा टाइम गल करिए बिजनेस करके गल नहीं होंगी पर इन्ना क प्यार भिंदर भाई मिले इस करके है ना जो वीडियो दिखाइया बी जी चंगा लगे क्योंकि जो कबूतर दिलों प्यार करते है ना दिलों प्यार करते कोई वधिया कार्ज करते हैं विदाउट किसी मतलब प्रॉफिट की जिससे तुम्हें प्रॉफिट नहीं होंगे उदो तुम शुरू करते ना तो सच्ची तुम्हें मन में तसली होंगी यार मैं कुछ वधिया किया तो हूँ मैंने लगता ना इतने यार ला लम्मी पूछ वाला आ गया तो कबूतर अपने उड्डे फिर जी 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 गलबात की वीर जी इन्होंने हम आप कबूतर देखते हैं वीडियो एक बार दोबारा मेन भिंदर एक मैं गल होर कहनी चाहता जिम्मे कबूतर अपने लिंक जुड़े हुए राइट हम जिम्मे पहला इतने सारे घर वाली क्लब खोलिया घर वाली बारियां ओपन हुई फिर दो क्लब भी बन गए दोनों क्लबों का बहुत प्यार है दोनों एक भी हो गया हुण जिहड़ियां बाहरलियां बारियां से कुछ बंदे छड्ड के नहीं राजे कोई कोई छड्ड के राजी सीगा हुण जिवें साडी 6 मैंबरी कमेटी है जिहड़ा टोरंटो पिजन क्लब बनिया वा संदीप भाई तो सारे सोच सी भी आप जरा क्लब बना के ना बाहरली वधिया बाजी कराइए जिवें हुण अपने 4 तरीक नूं मोटरसाइकल वाली बाजी है और उत्ते जाण दी भी मैं अपने कैलगरी तो जां वैनकूवर तो जां होर आसे पासों मुंडे आ रहे हैं सानूं बाजी दा उन्ना चाह नहीं बिल्कुल खास करके मैं तो संदीप आपस में अज सवेरे भी गल फोन पर लगे सी जदों टाइम हुंदा सी फोन पर लगे ने जानी बाजी का चाह नहीं जितने या हारन का वो साढ़े कोई दिमाग च नहीं हो सकता किसी के हो पर मैं क्लीयर करा कोई बस सानू यह है यार फलाना भी आ रहा है फलाना भी आ रहा है भी उन्होंने दी सांभ संभाल उन्हें सेवा किवें करनी जिवें अपने नहीं कोई ब्याह का जां परौणे आ जिहड़ा चाह हुंदा सीगा सानू उस टाइम यह है हुण बाई ने यह भी कहा तेरे बारे भी यार भिंदर नूं भी आह प्रोग्राम ते लिआउणा हुण जिवें सत्ती हो रही है जां बावे हो रही है जां मुंडे जग्गे हो रही है जो भी आ रहे है ना सानू यह है भी आप कोई कट्ठे बह के ना वधिया गप्पां शप्पां मार गए तो वधिया आवभगत हो कबूतरबाजी तो पासे हट के भी आप रिलेशन बदलने परिवारक तौर पर हो जाए वह किन्ने होंगे वो रिजल्ट बाद पता लगेगा क्यों भाई जी नहीं होगा जी होगा बिल्कुल बहुत ही वधिया सोच है जी थोड़ी तो अज मैं भी थोड़ी बदौलत जो थोड़े नाल अज कनेडा दे विच खड़ा तो इसे सोच के मुतालक ही खड़ा जी मैं
ਸੋ ਆਪਾਂ ਕਬੂਤਰ ਦੀ ਆਓ ਜੀ ਆਪਾਂ ਹੁਣ ਕਬੂਤਰ ਵਾਸਤੇ ਪਾਈਏ ਥੋੜਾ ਦੇਖਦੇ ਆ ਕਬੂਤਰ ਦੀ ਬਾਈ ਦੀ ਤੇ ਲਓ ਜੀ ਬਰਾੜ ਸਾਹਿਬ ਦੇ ਕਬੂਤਰ ਦਰਸ਼ਨ ਕਰਾਉਂਦੇ ਫਿਰ ਜਿਹੜੇ ਉੱਡੇ ਫਿਰਦੇ ਫਸਲ ਉਹ ਵੀ ਫਸਲਦੇ ਜੀ ਜਿਹੜਾ ਮੇਨ ਆ ਮਿਲਣ ਵਾਲਾ ਕੰਮ ਹੈ ਬਹੁਤ ਵਧੀਆ ਵੱਡੇ ਜਾਲ ਲਾਉਂਦੇ ਹੁਣ ਤੇ ਮਤਲਬ ਤੇ ਪੈਦਾ ਆਪਾਂ ਜਿਹੜਾ ਹੈ ਕੁਛ ਕਿੱਧਰ ਹੈਗੇ ਆਪਣੇ ਰਸਤੇ ਕਬੂਤਰ ਇਹ ਤਾਂ ਜਿਹੜੇ ਬੱਚੇ ਆਪਾਂ ਡਾਉਣੇ ਹਜੇ ਹੈ ਨਾ ਜੀ ਦੇਖੋ ਕਿੰਨੇ ਵਧੀਆ ਇਹਨਾਂ ਨੇ ਕੇਜ ਬਣਾਏ ਆ ਉਹ ਬੱਚੇ ਕੱਢੇ ਆ ਜੀ ਠੀਕ ਹੈ ਜੀ ਬਹੁਤ ਸੋਹਣੇ ਵਰਡ ਆ ਬਾਈ ਕੋਲੇ ਸ਼ਾਮ ਵਾਲਾ ਜਿਵੇਂ ਕਹਿੰਦੇ ਹੁੰਦੇ ਕੋਈ ਮੁੱਲ ਨੀ ਟੋਪ ਕਲਾਸ ਇੱਧਰ ਜੋੜੀਆਂ ਲਾਈਆਂ ਹੋਈ ਬਾਈ ਨੇ ਹਲਕੋ ਹੇਠਾਂ ਜਾਲੀਆਂ ਪਾਈਆਂ ਇੱਥੇ ਸਾਡੇ ਸਾਰਿਆਂ ਨੇ ਜੇ ਕੋਈ ਬਿੱਠ ਜਾਂ ਹੋਰ ਥੱਲੇ ਜਿਹੜੇ ਫੁੱਟ ਉੱਚੀ ਹੈ ਜੀ ਫਲੋਰ ਤੋਂ ਜਾਲੀ ਅਤੇ ਉੱਪਰ ਦਾਣਾ ਪਾਣੀ ਹੈ ਕੋਈ ਕਬੂਤਰ ਗੰਦਾ ਨਹੀਂ ਹੁੰਦਾ ਬਿਮਾਰੀ ਨਹੀਂ ਪੈਂਦੀ ਫਿਰ ਇੱਧਰ ਆ ਬੱਚੇ ਆ ਜੀ ਬਾਈ ਦੇ ਬੱਚੇ ਕਿਹੜਾ ਹੋਏ ਆ ਚੀਕ ਰਹੇ ਆ ਅਣਗੇ 'ਚ ਮੈਂ ਕਹਿੰਦਾ ਇੱਕ ਦੋ ਲੈ ਚੱਲ ਗਏ ਹਾਂਜੀ ਇੱਕ ਉੱਪਰ ਬੈਠਾ ਇਹ ਵੀ ਅਣਗੇ ਜੀ ਲੱਗਦਾ ਜੀ ਲੋ ਬਰਾੜ ਸਾਹਿਬ ਤੁਸੀਂ ਆਓ ਭਿੰਦਰ ਬਾਈ ਨੂੰ ਕਰਾਓ ਦਰਸ਼ਨ ਕਿਹੜੀਆਂ ਨਸਲਾਂ ਕੀ ਹੱਲ ਹੈ ਭਿੰਦਰ ਬਾਈ ਆਓ ਕਰਾਓ ਹੁਣ ਮੈਂ ਤੇਰੇ ਜੀ ਅਸੀਂ ਬਾਹਰੋਂ ਵੇਖਦੇ ਹਾਂ ਤੁਸੀਂ ਵੇਖੋ ਅੰਦਰੋਂ ਹੈਲੋ ਇਹਦੇ 'ਚ ਹਾਂਜੀ ਅੰਦਰ ਚੱਲੋ ਥੋੜ੍ਹਾ ਜਿਹਾ ਜਾਲੀ ਨਾ ਤੋੜ ਲਓ ਲੱਕੜ ਦੇ ਪੈਰ ਧਰਿਓ ਆ ਦਾਣੇ ਵਾਲਾ ਪਾਸੇ ਕਰਦੇ ਬਾਈ ਦਾਣੇ ਵਾਲਾ ਸਾਈਡ ਤੇ ਕਰਦੇ ਬਾਹਰ ਆ ਜਾਂਦੇ ਨਹੀਂ ਹਾਂਜੀ ਇੱਕ ਕਬੂਤਰ ਦਿਖਾਇਆ ਬਾਈ ਜੀ ਨੇ ਆਪਾਂ ਨੂੰ ਰੱਤਾ ਫਿੱਕਾ ਰੱਤਾ ਫਿੱਕਾ ਰੱਤਾ ਇਹਦੇ ਬੱਚੇ ਬੋਲ ਤੇ ਠੀਕ ਹੈ ਜੀ ਕਿਹੜੀ ਨਸਲ ਹੈ ਜੀ ਕਿੱਥੋਂ ਆਇਆ ਇਹਦੀ ਨਸਲ ਜਿਹੜੀ ਇਹਦੀ ਮਾਂ ਸੀਗੀ ਜੀ ਉਹ ਰੱਤੀ ਕਬੂਤਰੀ ਸੀਗੀ ਆਪਣੇ ਕੋਲੇ ਸੋਨੀ ਬਾਈ ਦੇ ਇੰਡੀਆ ਤੋਂ ਲਿਆਂਦੀ ਸੀ ਜੀ ਇਹ ਉਹਦੀ ਇਹਦੀ ਭੈਣ ਹੀ ਹੈ ਇਸ ਕਬੂਤਰ ਦੀ ਭੈਣ ਕਬੂਤਰੀ ਰੱਤੀ ਜਿਹੜੀ ਸੋਨੀ ਬਣਦੇ ਗਈ ਆਪਣਾ ਦੋਸਤ ਆ ਯੂ ਐਸ ਏ ਇਸ ਟਾਈਮ ਮੂਵ ਹੋਇਆ ਹੋਇਆ ਜੀ ਜੀ ਠੀਕ ਹੈ ਸੋ ਉਹਦੇ ਨਾਲ ਇੱਕ ਕਬੂਤਰ ਸੀਗਾ ਆਪਣੇ ਕੋਲੇ ਲਾਲ ਸੁਰਖਾ ਇਹਦਾ ਦਾ ਲਾਲ ਸੁਰਖਾ ਕਬੂਤਰ ਸੀ ਇਹਦਾ ਪਿਓ ਜੀ ਇੱਦਾਂ ਦਾ ਹੀ ਸੀਗਾ ਸੋ ਆਪਣੇ ਖੁੱਡੇ ਨਿਕਲਿਆ ਸੀਗਾ ਜੀ ਸੋ ਇੱਦਾਂ ਦਾ ਕਬੂਤਰ ਸੀਗਾ ਆਪਣੇ ਕੋਲੇ ਸੋ ਉਹਦਾ ਪੱਠਾ ਹੈ ਨਿੰਗ ਵਾਲੇ ਚੋ ਹੈਗੇ ਤੂੰ ਨਿੰਗ ਵਾਲੇ ਚੋ ਹੈਗੇ ਪਿਓ ਸੀਗਾ ਰੋਣ ਭਾਜੀ ਕੋਲੋਂ ਆਪਣਾ ਮੁੰਡਾ ਨਿੰਦਰ ਆ ਇੱਥੇ ਨਿੰਦਰ ਮੁੰਡਾ ਉਹਦੇ ਇੰਡੀਆ ਤੋਂ ਆਂਡਾ ਲਿਆ ਸੀਗਾ ਰੋਣ ਭਾਜੀ ਦੇ ਘਰੇ ਬੱਚਾ ਨਿਕਲਿਆ ਸੀ ਫਿਰ ਉਹਦੇ ਪੱਠੇ ਫਿਰ ਮੇਰੇ ਕੋਲ ਕਾਫੀ ਬਲੱਡ ਲੈਣ ਆਪਾਂ ਬਣਾਉਂਦੇ ਹਾਂ ਜੀ ਔਰ ਇੰਨੇ ਕੁ ਜ਼ਿਆਦਾ ਇੰਨੇ ਕੁ ਜ਼ਿਆਦਾ ਇਹ ਉੱਡੇ ਕਬੂਤਰ ਬਹੁਤ ਜ਼ਿਆਦਾ ਉੱਡੇ ਹਨਾ ਹੁਣ ਇੰਨੇ ਕੁ ਮਿਕਸ ਹੋ ਗਏ ਆਹ ਜਿਹੜਾ ਰੋਣ ਭਾਜੀ ਵਾਲਾ ਵੱਡਾ ਕਬੂਤਰ ਸੀਗਾ ਮੈਨੂੰ ਜਿਹੜੇ ਬਾਦਲ ਕੀ ਨਸਲ ਉੱਪਰ ਢੂਹਿਆ ਉਹਦੀ ਆਹ ਕਬੂਤਰੀ ਓਰੀਜਨਲ ਆ ਉਸਦੀ ਪੱਠੀ ਇਹ ਅਮਰਜੀਤ ਲੈ ਗਿਆ ਸੀ ਮੇਰੇ ਕੋਲੋਂ ਆਂਡਾ ਤੇ ਹੁਣ ਮੇਰੇ ਕੋਲ ਨਸਲ ਥੋੜੀ ਘੱਟ ਗਈ ਸੀ ਪਿਛਲੇ ਵੀਕ ਮੈਂ ਉਹਦੇ ਕੋਲ ਲੈ ਕੇ ਆਇਆ ਫੜ ਕੇ ਹਨਾ ਸੋ ਇਹ ਮੋਸਟ ਬਾਦਲ ਵਾਲਿਆਂ ਚੋਂ ਕਬੂਤਰਾਂ ਚੋਂ ਕਾਲੀ ਜੀ ਨੇ ਨਿਕਲਦੇ ਇਹ ਕਾਲੀ ਬੂਸ਼ ਏਦਾਂ ਹੀ ਕਰਦੇ ਆ ਡੱਬ ਵਾਲਾ ਕਾਲੀ ਕਰਦੇ ਆ ਹਨਾ ਓਕੇ ਜੀ ਫਿਰ ਆ ਡੱਬੇ ਕਬੂਤਰ ਹੈਗੇ ਆ ਆਪਣਾ ਬਾਈ ਅਮਰਜੀਤ ਆ ਖੋਸਾ ਸੋ ਉਹ ਇੰਡੀਆ ਤੋਂ ਆਂਡੇ ਲੈ ਕੇ ਆਏ ਸੀ ਉਹਨਾਂ ਦੇ ਪੱਠੇ ਇਹ ਮਤਲਬ ਆਪਣੇ ਕੋਲ ਹੈਗੇ ਆ ਠੀਕ ਹੈ
ਇਹਨਾਂ ਦੇ ਬੱਚੇ ਅਰਕੀ ਬਹੁਤ ਸੋਹਣਾ ਉੱਡੇ, ਮਤਲਬ ਬਹੁਤ ਜ਼ਿਆਦਾ ਵਧੀਆ ਅਰਕੀ। ਤੁਸੀਂ ਬਾਜ਼ੀਆਂ ਛੱਡ ਰਹੇ ਹੋ ਇਹਨਾਂ ਦੇ ਪੱਠੇ? ਬਿਲਕੁਲ ਹਾਂ। ਡੱਬੇ ਜਿਹੜੇ ਆਪਣੇ ਹੈਗੇ ਆ, ਸੋ ਡੱਬੇ ਬਹੁਤ ਸੋਹਣੇ ਉੱਡੇ ਆ, ਇਹ ਡੱਬੇ ਬਹੁਤ ਵਧੀਆ ਉੱਡੇ ਆ। ਇਹ ਕਿੱਥੋਂ ਆਏ ਹੋਏ ਆ? ਇਹ ਚਿੱਟਿਆਂ ਨੇ ਡੱਬੇ ਕੱਢੇ ਸੀਗੇ, ਮੇਰਾ ਸ਼ਹਿਰ ਬਾਈ ਪ੍ਰੀਤ ਕੋਲੋਂ ਮੈਂ ਇੱਕ ਵਾਰੀ ਲੈ ਕੇ ਆਇਆ ਸੀਗਾ, ਉਹਨਾਂ ਦੇ ਵਿੱਚੋਂ ਨਾ ਨੀਲਾ ਪ੍ਰੀਤ ਤੁਸੀਂ ਦਿੱਤਾ ਸੀ ਜਿਹੜਾ ਪੁੱਤਰ, ਉਹਨਾਂ ਦੇ ਵਿੱਚੋਂ ਇਹ ਮਿਕਸ ਹੋਏ ਵੀ ਜਿਹੜੇ ਬਨੀਲੀਆਂ ਹਨਾ। ਐਕਚੁਅਲੀ ਭਿੰਦਰ ਮੈਂ ਨਾ ਕਬੂਤਰਾਂ ਦਾ ਮੈਨੂੰ ਸ਼ੌਂਕ ਹੋਰ ਹਿਸਾਬ ਨਾਲ ਹੈ, ਠੀਕ ਹੈ। ਸੋ ਜਿਹੜਾ ਇਹ ਨਾ ਕਬੂਤਰ, ਇਹ ਜੇ ਤੁਸੀਂ ਕਹੋ ਮੈਨੂੰ, ਮੈਂ ਭੁੱਲ ਜਾਂਦਾ ਯਾਰ ਕਈ ਵਾਰ ਬੱਚੇ ਕਿਹੜੇ ਕਿਹੜੇ ਆ, ਪਰ ਮੈਨੂੰ ਇਹ ਪਤਾ ਬਾਈ ਪ੍ਰੀਤ ਵਾਲਾ ਮਿਕਸ ਹੋ ਗਿਆ, ਇਹ ਸਾਰਾ ਦਿਨ ਕਬੂਤਰੀ ਉੱਡੀਆਂ ਹੋਈਆਂ ਮੇਰੇ ਕੋਲ ਘਰੇ ਸਾਰਾ ਦਿਨ, ਔਰ ਇਹ ਇੱਦਾਂ ਦੇ ਆ ਮੰਨਦੇ ਨਹੀਂ ਗੇ, ਆਪਣੇ ਮੁੰਡਾ ਮੈਂ ਤੁਹਾਨੂੰ ਅਮਰਜੀਤ ਦਾ ਦੱਸਿਆ ਨਾ, ਇਹ ਘਰੇ ਪੱਠਾ ਆਪਣੇ ਕੋਲ ਨਿਕਲਿਆ, ਇਹਦਾ ਕੀ ਬੱਚਾ ਰੱਖ ਲਿਆ ਸੀਗਾ, ਕਾਫੀ ਖੂਬਸੂਰਤ ਹੈ, ਇੱਕ ਬਹੁਤ ਚੀਜ਼ ਦਿਖਾਉਣੀ ਆ ਬੜੀ ਜ਼ਬਰਦਸਤ। ਇੱਕ ਮਿੰਟ ਤੁਹਾਨੂੰ ਇੱਕ ਕਬੂਤਰੀ ਆਹ ਦਿਖਾਉਣੀ ਬਾਈ ਜੀ, ਮੈਂ ਤੁਹਾਨੂੰ ਇਹ ਰਮੀ ਬਾਈ ਤੋਂ ਆਪਣੇ ਕੋਲ ਇਹ ਸਾਲ ਆਈ ਯੂਐਸਏ ਤੋਂ, ਯੂਐਸਏ ਤੋਂ ਰਮੀ ਬਾਈ ਤੋਂ ਉਹਨੇ ਭੇਜਿਆ ਸੀ ਆਪਾਂ ਨੂੰ, ਆਪਣੇ ਕੋਲ ਯੂਐਸਏ ਤੋਂ ਆਈ ਹੈ ਇਹ ਸਾਲ, ਮਤਲਬ ਮੰਗਾਈ ਸੀ ਆਪਾਂ ਰਮੀ ਬਾਈ ਤੋਂ, ਇਹ ਪਿਓਰ ਇੰਡੀਆ ਬਣਿਆ ਪਿਓਰ। ਇਹਦੇ ਬੱਚੇ ਡਾਏ ਆਪਾਂ, ਬਹੁਤ ਹੀ ਵਧੀਆ ਰਿਜ਼ਲਟ ਦਿੱਤਾ ਇਹਨੇ, ਇੱਕ ਬੱਚਾ ਡਾਇਆ, ਬਾਕੀ ਤੁਹਾਨੂੰ ਮੈਂ ਦੂਸਰੇ ਖੁੱਡੇ 'ਚ ਕੁਛ ਕਲਾਈ ਉੱਧਰ ਦਿਖਾਉਣਾ, ਕੁਛ ਕਾਕੀ ਗਰੀਬਾਂ ਨਾਲ ਇੱਕ ਦਰ ਆ ਗਿਆ ਰੱਤਾ ਛਤਰੀ ਦੇ ਲਾਵਾਜ ਪੈ ਗਿਆ ਹੁਣ ਬਾਈ ਗੱਲ ਕਰ ਰਿਹਾ ਸੀ, ਇੱਥੇ ਮੈਂ ਹੁਣੀ ਦੇਖੀ ਲਾਵਾਜ ਪਿਆ ਲੱਗਦਾ, ਬਹੁਤ ਪੈਂਦਾ ਇੱਥੇ ਆਈ ਬੋਲੇ, ਦੇਖ ਲਓ ਇੱਕ ਵਾਰੀ ਕੱਟ ਕਰ ਲਓ, ਪਰ ਦੁਬਾਰਾ ਜੋੜਨੀ ਜੋੜ ਕੇ ਪਊਗੀ। ਬਾਹਰ ਬੱਚਾ ਬੈਠ ਗਿਆ ਬਾਈ, ਦੇ ਸ਼ਦਰੀਆਂ ਲੱਗੀਆਂ ਬਾਈ ਜੀ, ਬੱਚੇ ਖੇਡ ਰਹੇ ਆ, ਇਹਨਾਂ ਦਾ ਬੱਚਾ ਸੀ ਤੇ ਉਹ ਕੱਟ ਕਰੀ ਕਬੂਤਰੀ ਲਾ ਕੇ ਇਹਨਾਂ ਦੇ ਬੱਚੇ ਕਢਾਏ ਆ, ਇਹ ਤਕਰੀਬਨ ਮੰਨਦੇ ਨਹੀਂ ਫਿਰ ਥੋੜੀ ਵੀ ਕੀ ਕਰਨਾ, ਜਿਹੜਾ ਕਬੂਤਰ ਮੇਰੇ ਕੋਲ ਓਰੀਜਨਲ ਨਿਕਲਿਆ ਸੀ ਨਿਗਾਲਾ ਮੇਰੇ ਕੋਲੇ ਵਾਲੇ ਕਹਿੰਦੇ ਜੀ ਨਿੰਗ ਬਾਬਾ ਜੀ ਕਿ ਮੇਰੇ ਜਰਾਬਾਂ ਵਾਲੇ ਕਬੂਤਰ ਆ ਇੱਥੇ ਕੈਨੇਡਾ ਦੇ ਵਿੱਚ ਵੀ ਪਹੁੰਚੇ ਆ ਜੀ, ਬਾਈ ਜੀ ਸੰਦੀਪ ਦੇ ਖੁੱਡੇ ਦੇ ਵਿੱਚ ਵੇਖਣ ਨੂੰ ਮਿਲਿਆ, ਖੁਸ਼ੀ ਬਾਈ ਜੀ ਸਾਰਾ ਦਿਨ ਮਾਰਦੇ ਆ ਸਾਰਾ ਦਿਨ, ਇਹ ਟੀਰਾ ਜੀ ਦੋਨਾਂ ਅੱਖਾਂ ਤੋਂ ਪੱਠਾ ਆਪਣੇ, ਇਹਦਾ ਜਿਹੜਾ ਮਤਲਬ ਦਾਦਾ ਸੀਗਾ ਜੀ ਬਿਲਕੁਲ ਇਹੀ ਚੀਜ਼ ਸੀ, ਗਰੇਵਾਲ ਤੋਂ ਕਬੂਤਰ ਆਪਣੇ ਜਿਹੜੇ ਆਏ ਉੱਥੇ ਯੂਐਸਏ ਤੋਂ ਆਏ ਆ ਬਾਈ, ਕਾਕੇ ਨੇ ਭੇਜਿਆ ਜਿਹੜਾ ਪੱਠਾ ਉਹ ਜਿਹੜਾ ਬਾਹਰੋਂ ਉੱਡ ਗਿਆ, ਸੋ ਇਹਦੇ ਬੱਚੇ ਵੀ ਬਹੁਤ ਜ਼ਿਆਦਾ ਉੱਡ ਗਿਆ, ਬਹੁਤ ਜ਼ਿਆਦਾ ਮਤਲਬ ਉੱਡਦੇ ਬੱਚੇ ਯਾਰ, ਇੰਡੀਆ ਦੇ ਵਿੱਚ ਜਦੋਂ ਮੈਂ ਗਿਆ ਸੀਗਾ ਕਿਸੇ ਦੇ ਖੁੱਡੇ 'ਚ ਹੀ ਇੱਦਾਂ ਦਾ ਰੰਗ ਮੈਨੂੰ ਦਿਖਿਆ, ਉੱਥੇ ਇੱਕ ਅੱਧਾ ਕਿਤੇ ਮਤਲਬ ਤੁਸੀਂ ਪੰਜਾਂ ਸੱਤਾਂ ਦਸਾਂ ਪਲੇਅਰਾਂ ਕੋਲ ਜਾਓ ਇੱਕ ਅੱਧਾ ਰੰਗ ਕਿਤੇ ਇੱਦਾਂ ਦਾ ਨਿਕਲਦਾ, ਬਹੁਤ ਘੱਟ ਰੰਗ ਨਿਕਲਦਾ ਇੱਦਾਂ ਦਾ, ਬਹੁਤ ਘੱਟ ਪੜਾਵੇ ਬਹੁਤ ਆ, ਮੈਨੂੰ ਕਾਕੇ ਦੱਸਿਆ ਇਹ ਜਾਲਾ ਕਬੂਤਰ ਮੈਂ ਵੇਖਿਆ ਬਾਈ ਹਨੀ ਕੋਲੇ, ਸਰਪੰਚ ਭੁੱਲੀ ਹਨੀ ਸਰਪੰਚ ਕੋਲੇ, ਇਹਦੇ ਨਾਲ ਦੇ ਕਬੂਤਰ ਬਹੁਤ ਵਧੀਆ ਕਬੂਤਰ ਆ ਉਹਨਾਂ ਕੋਲੇ ਸੇਮ ਇਸੇ ਨਾਲ ਦੇ, ਬਸ 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 ਇਹ ਕਬੂਤਰ ਜਿਹੜੇ ਮੈਨੂੰ ਕਾਕੇ ਨੇ ਦੱਸਿਆ ਸੀ ਇਹ ਬਾਜੇ ਵਾਲੇ ਕਬੂਤਰ ਆ, ਬਾਜੇ ਵਾਲੇ ਕਬੂਤਰਾਂ 'ਚੋਂ ਆਏ ਹਨਾ, ਬਹੁਤ ਹੀ ਵਧੀਆ ਰਿਜ਼ਲਟ ਆ ਇਹਨਾਂ ਦਾ, ਬਹੁਤ ਹੀ ਵਧੀਆ ਰਿਜ਼ਲਟ ਆ, ਉਹਨਾਂ ਕੋਲ 10 ਕਬੂਤਰਾਂ ਮਗਰ ਇੱਕ ਕਬੂਤਰ ਹੈ, ਪਰ ਮੈਨੂੰ ਨਾ ਇਹ ਰੰਗ ਹੀ ਬਹੁਤ ਜ਼ਿਆਦਾ ਸੋਹਣਾ ਲੱਗਾ ਇਹ, ਮਤਲਬ ਜਿਹੜਾ ਦੋ ਕਬੂਤਰ ਇਹਦੇ ਨਾਲ ਦੇ ਮਤਲਬ ਦਿੱਤੇ, ਆਉਣਾ ਜਿਹੜਾ ਬੱਚਾ ਹੁਣੇ ਆਪਣੇ ਕੋਲ ਉੱਡ ਕੇ ਆਇਆ ਇਹਦਾ ਪੱਠਾ, ਏਸੇ ਦਾ ਪੱਠਾ, ਏਸੇ ਦਾ ਪੱਠਾ ਕਬੂਤਰੀ ਨਾਲ ਮੇਰਾ ਲਾਇਆ ਪਿਆ, ਅਤੇ ਬਹੁਤ ਹੀ ਸੋਹਣਾ ਪੱਠਾ ਹੈ, ਮੈਂ ਹੋਰ ਦਿਖਾਉਣਾ ਇੱਕ ਦੂਜੇ ਆਪਣੇ ਰਮੀ ਬਾਈ ਨੇ ਵੀ ਉਹ ਭੇਜੀ ਹੋਰ ਭੇਜੀ ਜਾ ਕਿ ਮੈਂ ਟੁੱਟੀ ਨਾ ਦੇਖੀ,
ਉਹਨੇ ਤੁਸੀਂ ਕੁਛ ਕਹਿਣਾ ਚਾਹੋਗੇ ਜੀ? ਕਿਉਂਕਿ ਤੁਸੀਂ ਵੀ ਛੋਟੇ ਹੁੰਦੇ ਰੱਖਦੇ ਰਹੇ ਹੋ ਕਬੂਤਰ। ਆਪਣੇ ਬਿਜਲੀ ਬੋਰਡ ਚ ਨੌਕਰੀ ਵੀ ਕਰਦੇ ਇਸੇ ਕਰਕੇ। ਕਾਕੇ ਬਾਈ ਆਹ ਜਿਹੜਾ ਰੋਣ ਬਾਈ ਵਾਲਾ ਆਪਣਾ ਕਬੂਤਰ ਸੀਗਾ ਵੱਡਾ ਆਪਣੇ ਕੋਲੇ, ਉਹਦਾ ਮੇਰੇ ਕੋਲ ਰਹਿ ਗਿਆ ਸੀ, ਜਿਹੜਾ ਤਵੇ ਕੋਲੇ ਵੀ ਰਹਿ ਗਿਆ ਸੀ ਬਾਈ ਇਹਦਾ। ਇਹ ਜਿਹੜਾ ਇਹਦਾ ਪਿਓ ਸੀ ਨਾ ਬਾਈ ਜੀ, ਜਿਹੜਾ ਇਹਦਾ ਪਿਓ ਸੀਗਾ ਐਂਡ ਕਬੂਤਰ ਸੀਗਾ, ਸੋ ਪ੍ਰੀਤ ਬਾਈ ਕੋਲੇ ਵੀ ਰਹਿ ਗਿਆ ਆ। ਮੌਜੇ ਬੱਚੇ ਵੀ ਕੱਢਦਾ, ਠੀਕ ਹੈ ਜੀ, ਮੌਜੇ ਵੀ ਕੱਢਦਾ ਅਤੇ ਚਿੱਟੀਆਂ ਅੱਖਾਂ ਦਾ ਸੀ ਉਹ, ਹੈ ਨਾ, ਆਹੀ ਚੀਜ਼ ਸੀ ਉਹਦੇ। ਇੱਥੇ ਡੱਬ ਸੀ ਇਹਦੇ, ਥੋੜ੍ਹਾ ਜਿਹਾ ਛੋਟਾ ਡੱਬਾ, ਉਹਦੇ ਵੱਡਾ ਡੱਬ। ਆਪਣੇ ਵੀ ਬਾਈ ਇਵੇਂ ਡੱਬਾ ਜਿਹੜਾ ਲਾਲ ਪੱਲੇ ਵਾਲਾ ਉੱਡਦਾ ਹੁਣ ਘਰੇ ਕਬੂਤਰ, ਚੰਗੇ ਮਤਲਬ ਹੈਗਾ ਇਹ, ਹੈ ਨਾ, ਰਿਜ਼ਲਟ ਇੰਨਾ ਕੁ ਚੰਗਾ ਰਿਜ਼ਲਟ ਆ ਇਹ, ਬਸ ਜਿੰਨਾ ਕਹਿ ਲਓ ਵੀ ਉੱਨੇ ਕੀ ਉੱਡ ਜਾਂਦੇ ਬਾਈ ਇਹ। ਕਬੂਤਰ ਜੀ ਇੱਕ ਇੱਕ ਕਰਕੇ ਵੀਰ ਦਿਖਾ ਰਿਹਾ, ਕਿਉਂਕਿ ਇਹ ਜਿਹੜਾ ਤੁਸੀਂ ਇਹਦੇ ਵੀ ਮੌਜ ਹੈ, ਇਹ ਥੋੜੀ ਘੱਟ ਆ, ਇਹਦਾ ਭਰਾ ਮੈਂ ਉਧਰ ਬੰਦ ਕਰ ਇਹ ਡੱਕੇ ਕੱਢੂਗਾ ਉਹਨਾਂ ਦੇ ਕੱਢ ਲਈ ਇਹ ਡੱਕੇ ਕੱਢਣੀ ਕਢਾਵੇ ਬਹੁਤ ਚੰਗੇ ਮੌਜ ਫਿਰ ਕਰਨੀ ਛੱਡਦੇ ਬਿਲਕੁਲ ਇੰਨੇ ਜ਼ਿਆਦਾ ਚੰਗੇ। ਇਹ ਸਨ ਬਾਈ ਜੀ ਸੰਦੀਪ ਦੇ ਕਬੂਤਰ ਜੀ। ਕੁਛ ਗੱਲਾਂ ਆਪਾਂ ਬਾਈ ਜੀ ਨਾਲ ਕਰਦੇ ਹਾਂ ਕਿ ਬਾਈ ਜੀ ਸੰਦੀਪ ਤੁਹਾਨੂੰ ਇਹ ਜਿਹੜਾ ਸ਼ੌਕ ਇੱਥੇ ਆ ਕੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਏ? ਨਹੀਂ, ਸ਼ੌਕ ਢਿੰਦਰ ਬਾਈ ਮੈਂ ਅੱਗੇ ਵੀ ਇੱਕ ਵਾਰੀ ਦੱਸਿਆ ਸੀਗਾ ਇੱਥੇ BTC ਚੈਨਲ ਵਾਲੇ ਦਾ ਸੀ, ਸ਼ੌਕ ਜਿਹੜਾ ਹੈਗਾ ਨਾ ਮੈਨੂੰ ਜਦੋਂ ਮੈਂ ਰੁੜਦਾ ਹੁੰਦਾ ਸੀਗਾ ਉਦੋਂ ਸਾਡੇ ਗਵਾਂਢੀਆਂ ਦੇ ਕਬੂਤਰ ਰੱਖੇ ਹੁੰਦੇ ਸੀਗੇ ਪਾਇਆ ਚੱਲਦੇ ਹੁੰਦੇ ਘਰ, ਅਤੇ ਆਪਾਂ ਰੁੜਦੇ ਉੱਥੇ ਚਲੇ ਜਾਂਦੇ ਹੁੰਦੇ ਸੀਗੇ, ਉਹਨਾਂ ਨੇ ਖੁੱਡੇ ਦੇ ਵਿੱਚ ਹੀ ਜ਼ਿਆਦਾਤਰ ਰਹਿਣਾ, ਹੈ ਨਾ, ਉਦੋਂ ਦਾ ਸ਼ੌਕ ਆ। 40 ਸਾਲ ਦੇ ਕਰੀਬ ਮੇਰੀ ਉਮਰ ਹੋ ਚੁੱਕੀ ਆ ਅਤੇ ਮੈਂ ਕਹੂੰਗਾ 40 ਸਾਲ ਦਾ ਹੀ ਆਪਾਂ ਨੂੰ ਇਹ ਸ਼ੌਕ ਆ, ਹੈ ਨਾ। ਚਲੋ ਤੁਸੀਂ ਇੱਥੇ ਪਹੁੰਚ ਗਏ ਸੀ ਕੈਨੇਡਾ ਦੇ ਵਿੱਚ ਜੀ, ਇੱਥੇ ਫਿਰ ਤੁਹਾਨੂੰ ਕੀ ਪਤਾ ਲੱਗਿਆ ਵੀ ਇੱਥੇ ਕਿਸੇ ਨੇ ਕਬੂਤਰ ਰੱਖੇ ਆ? ਪਹਿਲਾਂ ਤੁਹਾਨੂੰ ਕਿਹੜਾ ਇਨਸਾਨ ਇੱਥੇ ਮਿਲਿਆ ਸੀ ਜਿਹਦੇ ਕੋਲ ਉਸ ਚਿਹਰਾ ਦੇ ਆ ਜਾਓ? ਇੱਦਾਂ ਸੀਗਾ ਆਪਣੇ ਪਿੰਡ ਮਿਲਣ ਇੱਥੇ ਆਪਣੇ, ਠੀਕ ਹੈ ਪ੍ਰੀਤ ਬਾਈ, ਉੱਥੇ ਚਿਹਰਾ ਨੂੰ ਇੱਥੇ ਵਧੀਆ। ਉਸ ਟਾਈਮ ਬਾਈ ਜੀ ਇੱਦਾਂ ਸੀਗਾ, ਪਹਿਲਾਂ ਤਾਂ ਇੱਥੇ ਆ ਕੇ ਤੁਹਾਨੂੰ ਬੜਾ ਮਤਲਬ ਤੁਹਾਡਾ ਸੰਘਰਸ਼ ਹੁੰਦਾ ਆ ਕੇ, ਹੈ ਨਾ, ਕਿ ਕਿੱਦਾਂ ਮੈਂ ਸੈੱਟ ਹੋਣਾ। ਅਤੇ ਜਦੋਂ ਮੈਂ ਇਹ ਘਰ ਲਿਆ ਤਕਰੀਬਨ ਪਹਿਲਾ ਘਰ ਆ ਮੇਰਾ ਇਹ, ਸੋ ਘਰ ਦੇ ਲਈ ਕਹਿੰਦੇ ਬਿਜ਼ਨਸ ਕਰ ਲਏ ਘਰ ਲੈ ਕੇ, ਪਰ ਇਹ ਘਰ ਵੇਚਿਆ ਨਹੀਂ ਸਿਰਫ ਇਹਨਾਂ ਕਰਕੇ, ਹੁਣ ਵੀ ਜਿਹੜਾ ਘਰ ਲੈਣਾ ਕਿਉਂਕਿ ਨਵੇਂ ਬੈਕਯਾਰਡ ਬਹੁਤ ਛੋਟੇ ਆ, ਸੋ ਜਿਹੜਾ ਹੁਣ ਵੀ ਮਤਲਬ ਹੈਗਾ ਵੀ ਇਹ ਜਦੋਂ ਮੈਂ ਇਹ ਘਰ ਲਿਆ ਇੱਥੇ ਇੱਕ ਸ਼ੈਡ ਬਣਿਆ ਮਿਲ ਗਿਆ, ਠੀਕ ਹੈ, ਸੋ ਮੈਂ ਉਸ ਟਾਈਮ ਮੈਨੂੰ ਕੋਈ ਕਬੂਤਰ ਮਿਲਿਆ, ਠੀਕ ਹੈ, ਜਿੱਦਾਂ ਆਮ ਜੰਗਲੀ ਫਿਰਦੇ ਅਸੀਂ ਜੰਗਲੀ ਕਹਿੰਦੇ ਸਾਡੇ, ਜਿਵੇਂ ਗੋਲੇ ਹੁੰਦੇ ਸੀਗਾ, ਸੋ ਆਪਾਂ ਨੂੰ ਜਿੱਥੋਂ ਮਿਲੇ 2-4 ਫੜ ਕੇ ਲਿਆ, ਠੀਕ ਹੈ। ਫਿਰ ਮੁੰਡਾ ਇੱਥੇ ਸਾਡਾ ਮੇਰੇ ਕੋਲ ਫਿਰ ਇਹਨਾਂ ਦਾ ਮੁੰਡਾ ਸ਼ਰਮਾ, ਸੋ ਉਹਦੇ ਨਾਲ ਕੋਈ ਮੁੰਡਾ ਜਾਣਦਾ ਸੀਗਾ ਨਿੰਮਾ ਬਾਈ, ਸੋ ਨਿੰਮੇ ਬਾਈ ਨੂੰ ਮੈਨੂੰ ਪਤਾ ਲੱਗਿਆ ਅਤੇ ਮੈਂ ਉਸਦੇ ਕੋਲੋਂ ਕਬੂਤਰ ਲੈ ਕੇ ਆਇਆ ਵੀਰੇ, ਨਿੰਮੇ ਤੋਂ ਕਬੂਤਰ ਪਹਿਲੇ ਜਿਹੜੇ ਲੈ ਕੇ ਟਿਪਲਰ ਕਬੂਤਰ ਸਾਡੇ ਇੱਥੋਂ ਦੀ ਜਿਹੜੀ ਨਸਲ ਹੈ, ਉਹ ਲੈ ਕੇ ਆਉਂਦੇ ਬਾਈ। ਫਿਰ ਉਸ ਤੋਂ ਬਾਅਦ ਮੈਨੂੰ ਸੋਨੀ ਬਾਈ, ਰੋਣ ਬਾਈ, ਫਿਰ ਹੌਲੀ ਹੌਲੀ ਉਹ ਸਰਕਲ ਏਡਾ ਵੱਡਾ ਬਣਦਾ ਗਿਆ, ਹੈ ਨਾ, ਪ੍ਰੀਤ ਬਾਈ ਮਿਲ ਗਿਆ, ਸੋ ਯੂਐਸ ਦੇ ਬਾਈ ਮਿਲ ਗਏ, ਇੱਥੇ ਫਿਰ ਇੰਨੇ ਕੁ ਬੰਦਿਆਂ ਕੋਲ ਆਪਣੇ ਕੋਲ ਕਬੂਤਰ ਹੈਗੇ ਨਾ, ਪਰ ਇੱਕ ਤੋਂ ਹੀ ਤੁਸੀਂ ਦੇਖ ਹੀ ਰਹੇ ਹੋ ਕਿ ਸਾਡਾ ਮੇਲਾ ਦਾ 100-200 ਬੰਦਾ ਇੱਥੇ ਟੋਰਾਂਟੋ ਦੇ ਵਿੱਚ ਹੈਗਾ ਜਿਹਨਾਂ ਦੇ ਕਬੂਤਰ ਰੱਖੇ ਹੋਏ। ਹੁਣ ਤਾਂ ਕਹਿ ਸਕਦੇ ਹਰੇਕ ਗਲੀ 'ਤੇ ਹੈ ਜੀ। ਜੀ ਹਾਂ ਬਿਲਕੁਲ, ਕਾਫੀ ਉਹ ਜੀ ਬਹੁਤ ਵਧੀਆ ਲੱਗਿਆ ਬਾਈ ਜੀ ਸੰਦੀਪ ਨੂੰ ਮਿਲ ਕੇ ਅੱਜ, ਕਿਉਂਕਿ ਜਿਹੜਾ ਕਬੂਤਰਬਾਜ਼ੀ ਦਾ ਸ਼ੌਕ ਹੈ ਇੰਡੀਆ 'ਚ ਨਹੀਂ ਕੈਨੇਡਾ ਦੇ ਵਿੱਚ ਵੀ ਅੱਜ ਪੂਰਾ ਇੱਥੇ ਬਾਜ਼ੀਆਂ ਉੱਡ ਰਹੀਆਂ, ਅੱਜ ਵੀ ਇੱਕ ਬਾਜ਼ੀ ਉੱਡ ਰਹੀ ਆ, ਉਹ ਕਰਾਂਗਾ ਬਾਜ਼ੀਆਂ ਗੱਲਬਾਤ ਐਂਡ 'ਤੇ ਕਰਾਉਂਦੇ ਹਾਂ ਬਾਈ ਜੀ ਪ੍ਰੀਤ ਨਾਲ, ਕਿਉਂਕਿ ਮੋਬਾਈਲ ਉਹਨਾਂ ਦੇ ਹੱਥ 'ਚ ਫੜਿਆ ਹੋਇਆ ਜਿਸ ਨਾਲ ਅਸੀਂ ਵੀਡੀਓ ਬਣਾ ਰਹੇ ਹਾਂ, ਕੁਛ 2 ਗੱਲਾਂ ਉਹਨਾਂ ਨਾਲ ਵੀ ਸਾਂਝੀਆਂ ਕਰਾਂਗੇ। ਅਤੇ ਹਾਂਜੀ ਬਾਈ ਜੀ ਛਤਰੀ ਦੇ ਸੀ ਬਹੁਤ ਵੱਡੇ ਟ੍ਰਾਂਸਪੋਰਟ ਕੰਪਨੀ
ਉਹ ਕਹਿੰਦੇ ਯਾਰ ਜਦੋਂ ਮੈਂ ਘਰ ਚੱਲਾ ਤੇ ਉਹ ਬੇਸਮੈਂਟ ਦੇ ਵਿੱਚ ਮੁੰਡਾ ਖੇਡਦਾ ਸੀਗਾ, ਕਹਿੰਦੇ ਬਾਹਰ ਪਿੱਛੇ ਪਿੰਜਰ ਲੱਗਿਆ ਨਾ, ਮੈਂ ਕਿਹਾ ਸੰਦੀਪ ਯਾਰ ਤੇਰਾ ਘਰ ਆ ਗਿਆ ਤਾਂ ਬਿਲਕੁਲ ਜਿਵੇਂ ਤੁਸੀਂ ਕਿਹਾ ਇੱਦਾਂ ਨਾ, ਜਿਹਨਾਂ ਨੂੰ ਮਤਲਬ ਜੇ ਤਾਂ ਪਤਾ ਤੁਹਾਨੂੰ ਫਿਰ ਤਾਂ ਪਤਾ ਵੀ ਇੱਥੇ ਕਾਫੀ ਆ, ਜੇ ਕਈ ਵਾਰ ਨਹੀਂ ਪਤਾ ਹੈਗਾ ਨਾ ਉਹ ਇਹ ਸੋਚਦੇ ਜਿਹਨੂੰ ਜਾਣਦੇ ਯਾਰ ਉਹਦਾ ਹੀ ਘਰ ਹੋਊਗਾ। ਆਪਣੇ ਐਂਡ ਦੇ ਵਿੱਚ ਬਾਈ ਜੀ ਤੁਸੀਂ ਕੋਈ ਮੈਸੇਜ ਜਿਹੜੇ ਨਵੇਂ ਖਿਡਾਰੀ ਉਹਨਾਂ ਨੂੰ ਦੇਣਾ ਚਾਹੋ? ਮੈਸੇਜ ਪ੍ਰੀਤ ਬਾਈ ਕਿ ਮੈਂ ਪਹਿਲਾਂ ਜੀ? ਬਾਈ ਜੀ ਪ੍ਰੀਤ ਪਹਿਲਾਂ ਜੀ। ਪਿੰਦਰ ਵੀਰ ਮੈਸੇਜ ਤਾਂ ਅੱਜ ਕੱਲ੍ਹ ਹਰੇਕ ਹੀ ਸਿਆਣਾ, ਜਿਵੇਂ ਕਹਿੰਦੇ ਵੀ ਚੇਲਾ ਕੋਈ ਹੈ ਨਹੀਂ, ਸਾਰੇ ਗੁਰੂ ਨੇ। ਅਤੇ ਮੇਨ ਇਹ ਹੈ ਵੀ ਭਾਵੇਂ ਪੁਰਾਣੇ ਆ ਭਾਵੇਂ ਨਵੇਂ ਹੈ, ਕਬੂਤਰਬਾਜ਼ੀ ਜਿਹੜਾ ਸ਼ੌਂਕ ਇਹ ਜਿਹਾ ਨਾ, ਇਹ ਮੈਂ ਕਹਿੰਦਾ ਪਿਆਰ ਵਧਾਉਣ ਵਾਲਾ ਹੈ, ਕਿਉਂਕਿ ਜਿਹੜਾ ਕਬੂਤਰ ਹੈ ਉਂਝ ਵੀ ਸ਼ਾਂਤੀ ਦਾ ਪ੍ਰਤੀਕ ਮੰਨਿਆ ਗਿਆ ਜੀ। ਅਤੇ ਉਸ ਕਰਕੇ ਮੇਰੇ ਖਿਆਲ 'ਚ ਨਾ ਕੁਛ ਬੰਦਿਆਂ ਦਾ ਹੋ ਜਾਂਦਾ ਵੀ ਛੋਟੀ ਛੋਟੀ ਗੱਲ ਦੇ ਉੱਤੇ ਆਰਗੂ ਕਰ ਲੈਣੀ, ਆਰਗੂ ਕਰਦੇ ਕਰਦੇ ਕਈ ਵਾਰ ਵੱਡੀਆਂ ਪ੍ਰੋਬਲਮਾਂ ਕ੍ਰੀਏਟ ਹੋ ਜਾਂਦੀਆਂ। ਅਤੇ ਮੈਂ ਕਹਿੰਦਾ ਵੀ ਸ਼ਾਂਤੀ ਦੇ ਪ੍ਰਤੀਕ ਜੇ ਆਪਾਂ ਰੱਖਦੇ ਹਾਂ, ਜੇ ਇਹਨਾਂ ਸ਼ੌਂਕ ਹੈ ਅਤੇ ਇਹਨਾਂ ਨੂੰ ਸ਼ਾਂਤੀ 'ਚ ਰੱਖ ਕੇ ਆਪਾਂ ਅੱਗੇ ਵਧੀਏ, ਕਬੂਤਰਾਂ ਦੇ ਨਾਲ ਨਾਲ ਆਪਾਂ ਆਪਦੇ ਰਿਲੇਸ਼ਨ ਆਪਦਾ ਆਉਣੀ ਜਾਣੀ ਵਧਾਈਏ। ਜਿਵੇਂ ਹੁਣ ਤੁਸੀਂ ਹੈ, ਤੁਸੀਂ ਉੱਥੋਂ ਐਵੇਂ ਹੈ, ਕਬੂਤਰਾਂ ਸਾਡਾ ਰਿਲੇਸ਼ਨ ਵਧਾਇਆ, ਬਰਾੜ ਖੜਾ ਜਾਂ ਹੋਰ ਆਪਾਂ ਸਾਰੇ ਹੈ। ਉਸ ਕਰਕੇ ਮੈਂ ਇਹ ਕਹਿੰਦਾ ਵੀ ਜਿੰਨੇ ਜਿਹੜੇ ਮੇਰੇ ਤੋਂ ਛੋਟੇ ਉਹ ਵੀ, ਜਿਹੜੇ ਮੇਰੇ ਤੋਂ ਵੱਡੇ ਰਿਸਪੈਕਟਡ ਆ ਨਾਲੇ ਜਿਹੜੇ ਵੱਡੇ ਆ, ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਕਬੂਤਰਬਾਜ਼ੀ ਦਾ ਸ਼ੌਂਕ ਨਾ ਰੱਖਦੇ ਰੱਖਦੇ ਨਾ ਆਪਾਂ ਪਿਆਰਾਂ ਜਿਹੜਾ ਪਰਿਵਾਰਾਂ ਦਾ ਪਿਆਰ ਜੀ ਉਹ ਵਧਾਈਏ। ਸਾਡੇ ਬੱਚੇ ਵੀ ਇੱਕ ਦੂਜੇ ਨੂੰ ਜਾਣਦੇ ਹੋਣ, ਸਾਡੀਆਂ ਮਾਤਾ ਪਿਤਾ ਵੀ ਇੱਕ ਦੂਜੇ ਨੂੰ ਜਾਣਦੇ ਹੋਣ, ਸਾਡੀ ਕੋਈ ਵਾਈਫ ਆ, ਸਾਡੀ ਭੈਣ ਭਰਾ ਇੱਕ ਦੂਜੇ ਨੂੰ ਜਾਣਦੇ ਹੋ ਜੇ, ਅਤੇ ਲੰਘਦੇ ਟੱਪਦੇ ਅਸੀਂ ਹੈਲੋ ਹਾਏ ਕਰਨ ਯੋਗ ਰਹੀਏ, ਇਹ ਨਾ ਹੋਵੇ ਅਸੀਂ ਕੋਈ ਪ੍ਰੋਬਲਮ ਕ੍ਰੀਏਟ ਕਰੀਏ। ਬਸ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ। ਬਾਕੀ ਤੁਸੀਂ ਵੀ ਕੋਈ ਜਾਂਦੇ ਜਾਂਦੇ ਜੀ? ਬਿਲਕੁਲ ਬਿਲਕੁਲ ਬਾਈ ਜੀ, ਬਹੁਤ ਵਧੀਆ ਬਾਈ ਨੇ ਗੱਲ ਕਹੀ ਆ। ਜਿਹੜਾ ਇਹ ਆਪਣਾ ਸ਼ੌਂਕ ਆ ਹਨਾ, ਜੇ ਆਪਾਂ ਦਿਲੋਂ ਸ਼ੌਂਕ ਕਰਦੇ ਹਾਂ, ਕਿਉਂਕਿ ਇੱਥੇ ਆ ਕੇ ਜੇ ਕਹੀਏ ਬਿਜ਼ਨਸ, ਬਿਜ਼ਨਸ ਤਾਂ ਕੋਈ ਇਹ ਹੈ ਨਹੀਂ ਗਾ, ਹਨਾ ਸ਼ੌਂਕ ਆ। ਅਤੇ ਕਈ ਵਾਰ ਕਬੂਤਰਬਾਜ਼ ਆ, ਇਹ ਕਬੂਤਰ ਨਾ ਦਿਲ ਦੇ ਬਹੁਤ ਛੋਟੇ ਹੁੰਦੇ ਆ, ਕਬੂਤਰਬਾਜ਼ ਜਿਹੜੇ ਹੁੰਦੇ ਆ ਹਨਾ, ਸੋ ਇਹ ਦਿਲ ਆਪਾਂ ਨੂੰ ਵੱਡੀ ਕਰਨੀ ਪੈਣੀ ਆ, ਕਿਉਂਕਿ ਹੁਣ ਜੇ ਦੇਖੋ ਤੁਸੀਂ ਦੇਖ ਚੁੱਕੇ ਹੋ, ਜਿੰਨੇ ਵੀ ਕਿਸੇ ਨੂੰ ਮਿਲੇ ਹੋਵੋਗੇ ਸਾਰਿਆਂ ਕੋਲ ਵਧੀਆ ਕਬੂਤਰ ਆ। ਕਈ ਵਾਰ ਅਸੀਂ ਸਾਡੇ ਅੰਦਰ ਮੈਂ ਬਣ ਜਾਂਦੀ ਹੈ, ਸੰਦੀਪ ਦੇ ਅੰਦਰ ਕਿ ਯਾਰ ਬਸ ਮੇਰੇ ਤੋਂ ਉੱਪਰ ਕਿਸੇ ਕੋਲ ਕਬੂਤਰ ਨਹੀਂ ਹੈਗੇ ਹੈ ਨਾ, ਸੋ ਜਿਹੜੀ ਮੈਂ ਆ ਉਹਨੂੰ ਕੱਢ ਦਈਏ, ਕਿਉਂਕਿ ਜਿਹਦੇ ਸਾਰਿਆਂ ਕੋਲ ਚੰਗੇ ਕਬੂਤਰ ਆ ਉਹਨਾਂ ਦਾ ਹੀ ਕਬੂਤਰਾਂ ਵਾਲਿਆਂ ਦਾ ਸਤਿਕਾਰ ਕਰੀਏ, ਕਿ ਸਾਰਿਆਂ ਦੇ ਚੰਗੇ ਕਬੂਤਰ ਆ, ਜੈਲਸ ਤੋਂ ਜੇ ਆਪਾਂ ਬਚ ਸਕਦੇ ਹਾਂ ਹੈ ਨਾ, ਕਿਉਂਕਿ ਹੁਣ ਸਾਡੇ ਪਹਿਲਾਂ ਸਾਡੇ ਆਪ ਵਿੱਚ ਸੀ ਥੋੜ੍ਹੇ ਬਹੁਤ ਗੁੱਸੇ ਵੇਲੇ, ਪਰ ਇਸ ਟਾਈਮ ਸਾਡੇ ਟੋਰਾਂਟੋ ਦੇ ਵਿੱਚ ਸਾਡਾ ਸਾਰਿਆਂ ਦਾ ਬਹੁਤ ਪਿਆਰ ਆ, ਅਸੀਂ ਰਲ ਕੇ ਕਬੂਤਰ ਉਡਾ ਰਹੇ ਹਾਂ ਹੈ ਨਾ, ਅਤੇ ਇਹੀ ਆ ਰਲ ਮਿਲ ਕੇ ਰਹੋ। ਅਤੇ ਛੋਟੀ ਮੋਟੀ ਜਿਹੜੀ ਹੁੰਦੀ ਆ ਤੁਹਾਡੀ ਆਪਸ ਵਿੱਚ ਨੋਕਾ ਟੋਕੀ, ਉਹ ਵੀ ਹੋਣੀ ਜ਼ਰੂਰੀ ਆ, ਹਲਕੀ ਹਲਕੀ ਹੋਵੇ ਪਰ ਇੰਨੀ ਜ਼ਿਆਦਾ ਨਾ ਹੋਵੇ ਕਿ ਸਾਡਾ ਆਪਸ ਵਿੱਚ ਰਿਸ਼ਤੇ ਹੀ ਖਰਾਬ ਹੋ ਜਾਣ। ਅਤੇ ਰਲ ਮਿਲ ਕੇ ਰਹੀਏ, ਜਿੱਥੇ ਵੀ ਕਬੂਤਰਬਾਜ਼ ਆ, ਅਸੀਂ ਕਿਸੇ ਤਰ੍ਹਾਂ ਜੇ ਪੰਜਾਬ 'ਚ ਇੰਡੀਆ 'ਚ ਕੋਈ ਕਬੂਤਰਬਾਜ਼ ਨੂੰ ਮਦਦ ਆ, ਉਸ ਦੀ ਮਦਦ ਕਰ ਸਕੀਏ, ਬਸ ਇਹੀ ਮੇਰਾ ਹੈਗਾ ਬਾਈ ਜੀ। ਰਲ ਕੇ ਰਹੀਏ ਸਾਰਿਆਂ। ਓਕੇ ਜੀ। ਨਾਲੇ ਪਿੰਦਰ ਚੱਕ ਰਹੇ ਆ, ਜਿਵੇਂ ਬਰਾੜ ਸਾਹਿਬ ਨੇ ਕਿਹਾ ਨਾ ਵੀ ਭਾਵੇਂ ਦੀ ਕੈਨੇਡਾ, ਭਾਵੇਂ ਅਮੈਰੀਕਾ, ਭਾਵੇਂ ਇੰਡੀਆ, ਭਾਵੇਂ ਪਾਕਿਸਤਾਨ ਆ, ਮੇਨ ਜ਼ਿਆਦਾ ਆਪਾਂ ਫੇਸਬੁੱਕ ਦੇ ਵਿੱਚੋਂ ਜ਼ਿਆਦਾ ਹੈਗੇ। ਮੇਨ ਇਹ ਹੈ ਵੀ ਇਸ ਟਾਈਮ ਨਾ ਆਹ ਜਿਹੜੇ 5-7 ਸਾਲਾਂ ਤੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਕੋਲ ਮਾੜਾ ਜਾਨਵਰ, ਬਿਲਕੁਲ ਕਿਉਂ ਹੋਬੀ ਵਧ ਗਈ ਅਤੇ ਗਲੋਬਲ ਦੇ ਹੋਣ ਦੇ ਨਾਤੇ ਹਰੇਕ ਬੰਦੇ ਨੂੰ ਨਸਲਾਂ ਦਾ ਉਹ ਸਭ ਕੁਝ ਪਤਾ ਲੱਗ ਗਿਆ, ਕਿਸੇ ਕੋਲ ਮਾੜਾ ਨਹੀਂ ਗਾ, ਬਹੁਤ ਵਧੀਆ ਸੇਵਾ ਕਰਦੇ ਆ। ਬਸ ਜਦੋਂ ਆਪਾਂ ਕੋਈ ਕੰਪੀਟੀਸ਼ਨ ਕਰ ਰਹੇ ਜਾਂ ਹੋਰ ਹੈ, ਉਦੋਂ ਮੁਕੱਦਰ 'ਤੇ ਵੀ ਗੱਲ ਖੜ ਜਾਂਦੀ ਹੈ, ਠੀਕ ਹੈ। ਜ਼ਰੂਰੀ ਨਹੀਂ ਹੁੰਦਾ ਬਹੁਤ ਚੰਗਾ ਜਾਨਵਰ ਹੈ ਉਹ ਭੱਜ ਵੀ ਜਾਵੇ, ਜਾਂ ਜ਼ਰੂਰੀ ਨਹੀਂ ਹੁੰਦਾ ਤੁਹਾਡੇ ਕੋਈ ਉਹਦੇ ਹੱਥ ਦੀ ਸਫਾਈ ਨਾਲ ਵੀ ਘਾਟ ਵੱਧ ਵੀ ਰਹਿ ਸਕਦੀ ਹੈ। ਪਰ ਜੇ ਤੁਸੀਂ ਫਰਜ਼ ਕਰੋ ਜਿਹੜੀ ਹੁਣ ਆਪਣਾ ਬਾਜ਼ੀਆਂ ਪਹਿਲਾਂ 2 ਗੁੱਡੀਆਂ ਹੋਈਆਂ ਜਾਂ ਅਗਾਂਹ ਇੱਥੇ ਸਾਡੀ ਬਾਜ਼ੀ ਹੋਣੀ ਹੈ, ਉੱਥੇ 50 ਕਬੂਤਰ ਹੋ ਜਾਂਦੇ, 60 ਹੋ ਜਾਂਦੇ, 40 ਹੋ ਜਾਂਦੇ ਹੈ, ਜਿੱਤਣ ਵਾਸਤੇ ਸਾਰੇ ਆਏ ਆ, ਜਿੱਤਣਾ ਇੱਕ ਨਹੀਂ ਹੁੰਦਾ, ਰਾਈਟ। ਸਾਨੂੰ ਦੂਜਿਆਂ ਨੂੰ ਜੇ ਫਿਰ 50 ਕਬੂਤਰ ਛੁੱਟਦੇ ਆ ਨਾ, 49 ਬੰਦਿਆਂ ਨੂੰ ਸਾਡਾ ਉਹਦਾ ਐਪਰੀਸ਼ੀਏਟ ਵੀ ਕਰਨਾ ਬਣਦਾ, ਹੌਸਲਾ ਦੇਣਾ, ਪਰ ਸਾਨੂੰ ਆਪਦਾ ਹੌਸਲਾ ਨਹੀਂ ਥੱਲੇ ਸੁੱਟਣਾ ਚਾਹੀਦਾ, ਕਾਨੂੰ ਸਹੀ, ਯਾਨੀ ਕੰਪੀਟੀਸ਼ਨ ਲੜਨਾ ਚਾਹੀਦਾ ਪਰ ਕੰਪੀਟੀਸ਼ਨ ਹੈਲਦੀ ਲੜਕੇ, ਨਾ ਕਿ ਆਪਾਂ ਛੋਟੀਆਂ ਗੱਲਾਂ 'ਤੇ ਉਲਝੀਏ, ਮੈਂ ਇਹੀ ਕਹਿਣਾ ਚਾਹੁੰਦਾ। ਠੀਕ ਹੈ ਨਾ ਬਰਾੜ ਸਾਹਿਬ? ਬਿਲਕੁਲ ਭਾਈ ਜੀ, ਬਿਲਕੁਲ ਠੀਕ ਹੈ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਬਰਾੜ ਸਾਹਿਬ ਆਪਾਂ ਆਫਿਸ ਵੀ ਜਾ ਕੇ ਆਉਣਾ। ਜੀ 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 ਜੀ, ਸੋ ਬਹੁਤ ਧੰਨਵਾਦ ਜੀ। ਓਕੇ ਓਕੇ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਫਿਰ।